ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਸਮੀਤ ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਸਪੌਟਲਾਈਟ ਦੇ ਵਿੱਚ ਨਿੱਘਾ ਸਵਾਗਤ ਕਰਦੀ। ਉਮੀਦ ਕਰਦੀ ਆ ਕਿ ਤੁਸੀਂ ਸਾਰੇ ਥਾਣੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਹਰ ਹਫ਼ਤੇ ਕਿਸੇ ਨਾ ਕਿਸੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਵਾਉਂਦੇ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਇੱਕ ਬੜਾ ਹੀ ਸੋਹਣਾ ਸੁਨੱਖਾ ਮੁੰਡਾ ਜਿੱਦੀ ਆਵਾਜ਼ ਵੀ ਬੜੀ ਸੋਹਣੀ ਹੈ ਤੇ ਸਪੈਸ਼ਲੀ ਸਾਡੇ ਅੱਧੇ ਬੋਲ ਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੁਲਾਕਾਤ ਕਰਨ ਦੇ ਲਈ। ਔਰ ਇੱਕ ਹੋਰ ਦਿਲਚਸਪ ਗੱਲ ਹੈ ਜਿਹੜੀ ਦੱਸਾਂ ਕਿ ਅੱਜ ਤਿੰਨ ਜੱਸ ਇਕੱਠੇ ਹੋਏ ਨੇ ਜਸ ਮੀਤ ਜੱਸ ਪੰਜਾਬੀ ਤੇ ਵੈਲਕਮ ਕਰਦੇ ਆ ਜੱਸ ਪੂਰਨ ਢਿੱਲੋ ਜੀ ਦਾ ਕਿ ਹਾਲ ਚਾਲ ਵਧੀਆ ਜੀ ਵਧੀਆ ਜੱਸ ਪੰਜਾਬੀ ਤੇ ਤੁਹਾਡਾ ਬਹੁਤ ਬਸ ਸਵਾਗਤ ਆ ਜੀ ਥੈਂਕ ਯੂ ਮੈਂ ਜੱਸ ਪੰਜਾਬੀ ਦੇਖ ਰਹੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਇਧਰ ਔਰ ਵਿਦੇਸ਼ਾਂ ਚ ਜਿੱਥੇ ਵੀ ਜਿੱਥੋਂ ਤੱਕ ਵੀ ਜੱਸ ਪੰਜਾਬੀ ਪਹੁੰਚਦਾ ਹੈ ਜੀ ਔਰ ਦਰਸ਼ਕ ਹੈ ਸਰੋਤੇ ਹੈ ਜਿੰਨੇ ਵੀ ਜੱਸ ਪੰਜਾਬੀ ਨੂੰ ਚਾਹਣ ਵਾਲੇ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਕਿ ਜਸਪੀ ਆਬੀ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਉਹਨਾਂ ਦੇ ਸਾਹਮਣੇ ਪੇਸ਼ ਹੋ ਸਕਾਂ ਬਿਲਕੁਲ ਔਰ ਸਾਨੂੰ ਵੀ ਬੜਾ ਵਧੀਆ ਲੱਗ ਰਿਹਾ ਕਿ ਅੱਜ ਅਸੀਂ ਤੁਹਾਡੇ ਤੋਂ ਬਹੁਤ ਸਾਰੀਆਂ ਜਿਹੜੀਆਂ ਹਨ ਗੱਲਾਂ ਬਾਤਾਂ ਆਪਾਂ ਕਰਾਂਗੇ ਸੰਗੀਤਿਕ ਸਫ਼ਰ ਬਾਰੇ ਵੀ ਜਾਣਾਂਗੇ ਪਰ ਪਹਿਲਾ ਸ਼ਾਇਦ ਅਸੀਂ ਕੋਈ ਗੀਤ ਸੁਣਾਉਣਾ ਚਾਹੁੰਦੇ ਸੀ ਜੀ ਜੀ ਪਰ ਹਮ ਸਿਆਲ ਸਮੇਂ ਦੀਆਂ ਕਾਲੀਆਂ ਰਾਤਾਂ ਯਾਦ ਕਰੇਗੀ ਬੀਤਿਆਂ ਬਤਾ ਯਾਦ ਕਰੇਗੀ ਬੀਤਿਆਂ ਬਤਾ ਓ ਅਖੀਆਂ ਲਾਉਣ ਅਖੀਆਂ ਲਾਉਣ ਅੱਖੀਆਂ ਲਾਉਣ ਗਿਆ ਵਰਸਾ ਤਾ ਫੇਰ ਮੈਂ ਤੈਨੂੰ ਯਾਦਾਂਗਾ ਸੋ ਅੱਜ ਥੋੜੀ ਜਿਹੀ ਮੇਰੀ ਤਬੀਅਤ ਵੀ ਨਾਸਾਜ਼ ਨਹੀਂ ਸੀ ਔਰ ਜੀ ਤੇ ਮੈਨੂੰ ਇਹ ਹੁੰਦਾ ਕਿ ਮੈਂ ਚੈਲੰਜਸ ਦਿਨਾ ਰਹਿਣਾ ਆਪਦੇ ਆਪ ਨੂੰ ਕਿ ਜਦੋਂ ਤੁਸੀਂ ਠੀਕ ਨਾ ਹੋ ਜਦੋਂ ਤੁਹਾਡਾ ਕੁਝ ਵੀ ਮੂਡ ਨਾ ਸੈੱਟ ਹੋਵੇ ਅਪ ਐਂਡ ਡਾਊਨ ਹੋਣ ਲਾਈਫ ਦੇ ਵਿੱਚ ਉਦੋਂ ਇਦਾਂ ਦੇ ਤੁਸੀਂ ਪ੍ਰੋਗਰਾਮ ਅਰੇਂਜ ਕਰੋ ਕਿ ਜਿਹੜਾ ਤੁਹਾਡਾ ਮਨ ਨਾ ਵੀ ਕਰਦਾ ਹੋਵੇ ਕਿਉਂਕਿ ਤੁਸੀਂ ਤਿਆਰ ਰਹਿਨੇ ਹੋ ਹਮੇਸ਼ਾ ਬਿਲਕੁਲ ਕਿਉਂਕਿ ਆ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਕਿਤੇ ਨਾ ਕਿਤੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਜੇ ਜੋ ਸਾਨੂੰ ਲੱਗਦਾ ਸੀ ਨਹੀਂ ਕਰ ਪਾ ਰਹੇ ਨਾ ਉਹ ਵੀ ਜੇ ਅਸੀਂ ਕਹੀਏ ਨਾ ਕਿ ਨਹੀਂ ਅਸੀਂ ਇਹ ਕਰਨਾ ਹੈ ਆ ਤੱਕ ਉਹ ਚੀਜ਼ ਹੁੰਦੀ ਜ਼ਰੂਰ ਆ ਬਿਲਕੁਲ ਬਿਲਕੁਲ ਕਿਉਂਕਿ ਸਟੇਜ ਦੇ ਉੱਪਰ ਵੀ ਅਸੀਂ ਜਦੋਂ ਲਾਈ ਜੀ ਜੀ ਸਟੂਡੀਓ ਦੇ ਵਿੱਚ ਤਾਂ ਤੁਸੀਂ ਚਲੋ ਰੀਟੇਕ ਲੈ ਲੇ ਦੁਆਰ ਗਾ ਜਿੱਦਾਂ ਹੁਣ ਗਲਾ ਨਹੀਂ ਚੱਲਿਆ ਕੁਝ ਵੀ ਉਹ ਲੋਕਾਂ ਦੇ ਸਾਹਮਣੇ ਇਦਾਂ ਹੀ ਗਾਣਾ ਤੁਸੀਂ ਲੋਕ ਤੁਹਾਨੂੰ ਜੇ ਫੇਰ ਪਿਆਰ ਕਰਦੇ ਆ ਤਾਂ ਫੇਰ ਪਿਆਰ ਕਰਦੇ ਆ ਬਿਲਕੁਲ ਉਹ ਮਾਇਨੇ ਰੱਖਦਾ ਹੈ ਜੀ ਬਿਲਕੁਲ ਤੇ ਬਹੁਤ ਸੋਹਣਾ ਤੁਸੀਂ ਗੀਤ ਸੁਣਾਇਆ ਤੁਸੀਂ ਸੋਚਦੇ ਬਹੁਤ ਹੋ ਕਿੰਦੇ ਬਾਰੇ ਸੋਚਦੇ ਰਹਿੰਦੇ ਹੋ ਬਸ ਇਹ ਇਹ ਤੁਸੀਂ ਕਹਿ ਸਕਦੇ ਹੋ ਕਿ ਇੱਕ ਲਾਈਫ ਦੀ ਜ਼ਰਦੋਸਤ ਹੀ ਹੈ ਕਿ ਸੋਚਦਾ ਰਹਿਣਾ ਕਿ ਹਨਾ ਆਪਦੀ ਲਾਈਫ ਦੇ ਮੈਂ 뮤직 ਦੇ ਪ੍ਰਤੀ ਬੜਾ ਉਹ ਹੈਗਾ ਜੀ ਕਉ ਮੈਨੂੰ ਇਹ ਹੁੰਦਾ ਕਿ ਮੈਨੂੰ ਰੋਟੀ ਵੀ ਨਹੀਂ ਚੰਗੀ ਲੱਗਦੀ ਕਿ ਜੇ ਮੈਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਨਹੀਂ ਬਣੀ ਨਾ ਕਿ ਮੈਂ ਬਣਾ ਰਿਹਾ ਮਿਊਜ਼ਿਕ ਦੇ ਵਿੱਚ ਕਿ ਐ ਇਦਾਂ ਕਰਨਾ ਐਦਾਂ ਕਰਨਾ ਜਾਂ ਗਾਇਆ ਨਾ ਜਾਵੇ ਕਿਸੇ ਦਿਨ ਜੇ ਇਦਾਂ ਹੁੰਦਾ ਤਾਂ ਮੈਨੂੰ ਇਹ ਲੱਗਦਾ ਕਿ ਦਿਨ ਬੇਕਾਰ ਗਿਆ ਮੇਰਾ ਓਕੇ ਹਾਂ ਪਰ ਤੁਸੀਂ ਜੋਬ ਵੀ ਕਰਦੇ ਹੋ ਨਾ ਨਾ ਬੋਰ ਥਿੰਕਿੰਗ ਆਦੋ ਕਹਿ ਸਕਦੇ ਕਈ ਕਿ ਉਹ ਜੋਬ ਹਾਂਜੀ ਪੁਲਿਸ ਦੇ ਵਿੱਚ ਇੱਕ ਮਹਿਕਮਾ ਸਾਡਾ ਇਦਾਂ ਦਾ ਪੰਜਾਬ ਪੁਲਿਸ ਦਾ ਬਿਲਕੁਲ ਮੈਂ ਉਹਦੀ ਇੱਕ ਵਾਕਈ ਸਾਂਝਾ ਕਰਦਾ ਹਾਂ ਅੱਜ ਵੀ ਮੈਂ ਤੁਸੀਂ ਕਹੋਗੇ ਕਿ ਪਤਾ ਨਹੀਂ ਹੈ ਨਾ ਜੀ ਟ੍ਰੇਨਿੰਗ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜਲਦੀ ਉੱਠ ਕੇ ਸੁਬਾ ਉਠ ਹੁੰਦੇ ਆ ਟ੍ਰੇਨਿੰਗ ਦੇ ਵਿੱਚ ਤੇ ਮੇਰੇ ਉਹ ਸੇਮ ਵਾਕਿਆ ਮੇਰੇ ਨਾਲ ਅੱਜ ਹੋਇਆ ਓਕੇ ਹਾਂਜੀ ਕਿਉਂਕਿ ਮੈਂ ਠੀਕ ਨਹੀਂ ਸੀ ਟ੍ਰੇਨਿੰਗ ਦੇ ਵਿੱਚ ਵੀ ਇਦਾਂ ਹੀ ਮੈਂ ਸੁੱਤਾ ਹੋਇਆ ਹਾਂ ਔਰ ਸਵੇਰ ਵਿਸਲ ਵੱਜਦੀ ਆ ਉੱਥੇ ਓਕੇ ਭੱਜੋ ਜਲਦੀ ਫਾਲਨ ਫਾਲਨ ਹੋਣਾ ਹੁੰਦਾ ਲਾਈਨ ਦੇ ਉੱਪਰ ਜੀ ਔਰ ਵਿਸਲ ਵੱਜੀ ਔਰ ਮੇਰੀ ਤਬੀਰ ਨਹੀਂ ਠੀਕ ਸੀ ਮੈਂ ਦੇਖਿਆ ਕਿ ਸਾਰੇ ਭੱਜ ਗਏ ਔਰ ਡਰੈਸ ਅਪ ਹੋਣਾ ਮੈਂ ਜਲਦੀ ਜਲਦੀ ਦੇਖਿਆ ਕਿ ਪਾਣੀ ਚੱਕਿਆ ਪਾਣੀ ਨਹੀਂ ਹੈਗਾ ਕੁਛ ਨਹੀਂ ਗਲਾ ਸੁੱਕਿਆ ਹੋਇਆ ਜਲਦੀ ਜਲਦੀ ਕੱਪੜੇ ਪਾਏ ਔਰ ਸਪ੍ਰਿੰਟ ਲਾਤੀ ਬੋਤ ਇਸ ਪ੍ਰਿੰਟ ਲਾਤੀ ਉਹ ਜਾਂਦੇ ਨੂੰ ਸਜ਼ਾ ਮਿਲ ਗਈ ਨੇ ਬੈਂਡ ਕਰ ਲਿਆ ਔਰ ਸੇਮ ਮੇਰੇ ਨਾਲ ਉਦਾਂ ਹੀ ਹੱਜ ਹੋਇਆ ਕਿ ਮਾਨ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਪਹੁੰਚ ਲੈ ਇੰਟਰਵਿਊ ਦੇ ਵਿੱਚ ਮੇਰੀ ਮਤਲਬ ਮੈਨੂੰ ਉੱਠਿਆ ਨਹੀਂ ਜਾ ਰਿਹਾ ਸੀ ਉੱਠਿਆ ਮੈਂ ਤੇ ਬਿਨਾਂ ਨਾਤੇ ਮ ਆ ਗਿਆ ਅਰੇ ਬਹੁਤ ਵੱਡੀ ਗੱਲ ਆ ਮੈਨੂੰ ਲੱਗਦਾ ਇੱਕ ਕਲਾਕਾਰ ਦੇ ਵਿੱਚ ਇਸ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਨਾ ਇੱਕ ਜਿਹੜਾ ਆਰਟਿਸਟ ਹੁੰਦਾ ਨਾ ਕਈ ਕਈ ਅਸੀਂ ਐਦਾਂ ਦੇਖਦੇ ਹਾਂ ਕਿ ਕੈਮਰੇ ਦੇ ਪਿੱਛੇ ਕੁਝ ਹੋਰ ਹੁੰਦੇ ਤੇ ਕੈਮਰੇ ਦੇ ਅੱਗੇ ਕੁਝ ਹੋਰ ਹੁੰਦੇ ਆ ਮੈਂ ਮੈਂ ਦਰਸ਼ਕਾਂ ਨੂੰ ਮੈਂ ਲੱਗ ਰਿਹਾ ਵੀ ਮੈਂ ਬਿਨਾਂ ਨਾਤੇ ਇਹ ਗੱਲ ਕੈਮਰੇ ਦੇ ਪਿੱਛੇ ਵੀ ਹੋ ਰਹੀ ਸੀ ਕਹਿੰਦੇ ਜੇ ਇਹ ਤਾਂ ਬਿਨਾਂ ਨਹਾਤੇ ਹੀ ਸੋਹਣੇ ਲੱਗ ਰਹੇ ਤੇ ਜੇ ਨਹਾ ਕੇ ਆਉਂਦੇ ਫਿਰ ਕਿੰਨੇ ਸੋਹਣੇ ਲੱਗਣਗੇ ਨਹੀਂ ਮੇਰਾ ਇਹ ਮੰਨਣਾ ਹੈ ਕਿ ਠੀਕ ਹੈ ਚਲੋ ਨੌਣਾ ਖਾਣਾ ਪੀਣਾ ਜੇ ਤੁਹਾਡਾ ਕੰਮ ਨਹੀਂ ਜੇ ਤੁਸੀਂ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਨਹੀਂ ਪਹਿਲਾਂ ਮੈਨੂੰ ਇਹ ਅਸੀਂ ਕਿ ਮੈਂ ਪੰਕਚੁਅਲ ਥੋੜਾ ਜਿਹਾ ਹਣਾ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਲੇਟ ਓਕੇ ਔਰ ਮੈਂ ਪਹੁੰਚਣਾ ਔਰ ਇੰਟਰਵਿਊ ਕਰਨਾ ਕਿਉਂਕਿ ਇਹ ਚੀਜ਼ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ ਦਿਮਾਗ ਦੇ ਵਿੱਚ ਨਾ ਦਿਲ ਜਰੂਰ ਹੋਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਜੋ ਕੰਮ ਜਿਹੜਾ ਕਰਨਾ ਸੋਚਦੇ ਤਾਂ ਹੋਂ ਤੁਸੀਂ ਤੇ ਸਿੰਗਿੰਗ ਵਾਸਤੇ ਕਿੰਨਾ ਕੁ ਸੋਚਣਾ ਪਿਆ ਸੀ ਇਹ ਸੋਚਿਆ ਹੋਈ ਹੋਇਆ ਸੀ ਕਿ ਮੈਂ ਸਿੰਗਿੰਗ ਹੀ ਕਰਨੀ ਹੈ ਹੋਰ ਕੁਝ ਨਹੀਂ ਕਰਨਾ ਹਾਂਜੀ ਇਹ ਨਾ ਇੱਕ ਮੋਸਟਲੀ ਆਪਾਂ ਦੇਖਦੇ ਆ ਕਿ ਕਲਾਕਾਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਸੋਚਿਆ ਸੀ ਕਦੇ ਹੂੰ ਕਿ ਇਦਾਂ ਬਣੋਗੇ ਔਰ ਮੈਂ ਕਹਿੰਦਾ ਹੁੰਦਾ ਕਿ ਮਹਾਮਾ ਮੈਂ ਸੋਚਿਆ ਸੀ ਓਕੇ ਮੈਂ ਕਹਿੰਦਾ ਹੁੰਦਾ ਕਿ ਮੈਂ ਸੋਚਿਆ ਸੀ ਜੋ ਤੁਸੀਂ ਸੋਚਦੇ ਹੋ ਤੁਸੀਂ ਹੁੰਦੇ ਹੋ ਮਹਾਤਮਾ ਬੁੱਧ ਨੇ ਵੀ ਕਿਹਾ ਜੋ ਸੋਚਦੇ ਹੋ ਤੁਸੀਂ ਉਹੀ ਹੋ ਜਾਂਦੇ ਹੋ ਬਿਲਕੁਲ ਜੋਬ ਇੱਕ ਚਲੋ ਨਾਲ ਦੀ ਨਾਲ ਇਹ ਕਰਦਿਆਂ ਨੂੰ ਵੀ ਇਹ ਹੁੰਦਾ ਕਿ ਉਹ ਕਹਿ ਦਿੰਦੇ ਹਨ ਕਿ ਜਦੋਂ ਕੋਈ ਪੁੱਛਦਾ ਕਿ ਮੁੰਡਾ ਕੀ ਕਰਦਾ ਕੀ ਕਰਦਾ ਤਾਂ ਉਹ ਕਹਿ ਦਿੰਦੇ ਆ ਕਿ ਜੀ ਗਾਉਂਦਾ ਨਹੀਂ ਚਲੋ ਉਹ ਤਾਂ ਠੀਕ ਹੈ ਗਾਉਂਦਾ ਤਾਂ ਹੈ ਕੰਮ ਕੀ ਕਰਦਾ ਕੰਮ ਕੀ ਕਰਦਾ ਹੈ ਮਤਲਬ ਗਾਉਣ ਨੂੰ ਕੰਮ ਨਹੀਂ ਸਮਝਦੇ ਮਤਲਬ ਇਹ profession ਨੂੰ ਹਜੇ ਇਹ ਨਹੀਂ ਤਹਰੀਰ ਨਹੀਂ ਮਿਲਦੀ ਜੀ ਜੀ ਔਰ ਮਾਪਿਓ ਵੀ ਕੁਝ ਸਹੀ ਹੁੰਦੇ ਆ ਆਪਦੀ ਜਗ੍ਹਾ ਤੇ ਬਿਲਕੁਲ ਤੇ ਮੈਨੂੰ ਇਹ ਸੀ ਕਿ ਜੌਬ ਦੇ ਨਾਲ ਨਾਲ ਸਾਈਡ ਬਾਈ ਸਾਈਡ ਕਰੀ ਜਾਈਏ ਔਰ ਸੋਚਣ ਤੋਂ ਮੇਰਾ ਪਹਿਲਾ ਗਾਣਾ ਵੀ ਇਹੀ ਆਇਆ ਸੀ ਕਿ ਰਹੀਏ ਸੋਚਦੇ ਮੈਂ ਦੋ ਬੋਲੋ ਦੇ ਜੀ ਜੀ ਸਰ ਹੋਏ ਹੋ ਰਹੀਏ ਸੋਚਦੇ ਤੈਨੂੰ ਹੀ ਰਹੀਏ ਲੋਚਦੇ ਨਹੀਂ ਕਿਤੇ ਨਾ ਪਰਾਈ ਹੋ ਜਮੇ ਨਹੀਂ ਰਹੀਏ ਸੋਚਦੇ ਹੋ ਜਦੋਂ ਸੁਪਨੇ ਨਾ ਆਉਂਦੇ ਸੋਹਣ ਯਾਰ ਦੇ ਅਸੀਂ ਸੁਪਨਿਆਂ ਨੂੰ ਵੀ ਮੇੜੇ ਮਾਰਦੇ ਨਿਤ ਬੈਠ ਤੇਰੀ ਫੋਟੋ ਨੂੰ ਨਿਹਾਰਦੇ ਕੱਲੇ ਬੈਠ ਤੇਰੀ ਫੋਟੋ ਨੂੰ ਨਿਹਾਰਦੇ ਨਾ ਕਿਸੇ ਦੀ ਗਵਾਈ ਹੋ ਜਵੇ ਨਹੀਂ ਰਹੀਏ ਸੋਚਦੇ ਸੋਚਦੇ ਤੈਨੂੰ ਹੀ ਰਹੀਏ ਲੋਚਦੇ ਨਹੀਂ ਕਿਤੇ ਨਾ ਪਰਾਈ ਹੋ ਜਵੇ ਨਹੀਂ ਰਹੀਏ ਸੋਚਦੇ ਅਰ ਆਈ ਥਿੰਕ ਇਹ ਤੁਹਾਡਾ ਪਹਿਲਾ ਗਾਣਾ ਸੀ ਇਹ ਮੇਰਾ ਪਹਿਲਾ ਗਾਣਾ ਸੀ ਹਾਂ ਜੀ ਤੇ ਫਿਰ ਇਹ ਗੀਤ ਕਿਹਦੇ ਵਾਸਤੇ ਲਿਖਿਆ ਸੀ ਨਹੀਂ ਇਹ ਲਿਖਿਆ ਇਹ ਤਾਂ ਜਦੋਂ ਸ਼ਿਵ ਕੁਮਾਰ ਕਹਿੰਦੇ ਸੀ ਕਿ ਤੁਸੀਂ ਕਿਸੇ ਲਈ ਗਾਇਆ ਉਹਨਾਂ ਨੂੰ ਪੁੱਛਿਆ ਜੀ ਉਹ ਕਹਿੰਦੇ ਨਹੀਂ ਇਹ ਸ਼ਾਇਰ ਦੇ ਅੰਦਰ ਇਹ ਹੁੰਦੀ ਹੈ ਚੀਜ਼ ਇਹ ਮੇਰਾ ਨਹੀਂ ਲਿਖਿਆ ਹੋਇਆ ਕਿਸੇ ਮੇਰੇ ਮਿੱਤਰ ਦਾ ਲਿਖਿਆ ਹੋਇਆ ਹੈ ਮੈਂ ਤਾਂ ਜਸਟ ਨੰਭਾਇਆ ਸੀਗਾ ਇਹ ਓਕੇ ਤੇ ਸਾਰੇ ਗਾਣੇ ਫਿਰ ਇਦਾਂ ਹੀ ਲੱਗਦੇ ਆ ਜਦੋਂ ਤੁਸੀਂ ਆਪ ਦੇ ਤੇ ਹੰਡਾ ਕੇ ਉਹਨਾਂ ਨੂੰ ਗਾਉਨੇ ਹੋ ਜੀ ਪਰ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਦਾਂ ਹੀ ਲੱਗਦਾ ਕਿ ਸ਼ਾਇਦ ਕਿਸੇ ਵੀ ਲਿਖਿਆ ਹੋਣਾ ਕਿਸੇ ਵੀ ਲਿਖਿਆ ਹੋਣਾ ਬਿਲਕੁਲ ਕਿਉਂਕਿ ਜਦੋਂ ਪਹਿਲੀ ਪਹਿਲੀ ਕਹਿੰਦੇ ਹੁੰਦੇ ਨੇ ਨਾ ਜਿਹੜੀ ਚੀਜ਼ ਅਸੀਂ ਸ਼ੁਰੂਆਤ 'ਚ ਕਰਦੇ ਆ ਤੇ ਕਿਤੇ ਨਾ ਕਿਤੇ ਲੋਕੀ ਉਸ ਚੀਜ਼ ਨੂੰ ਰਿਲੇਟ ਕਰਨ ਲੱਗ ਜਾਂਦੇ ਕਿ ਅੱਛਾ ਇਹ ਸ਼ਾਇਦ ਇਹਦੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦਾ ਕੁਝ ਹੋਇਆ ਹੋਣਾ ਹੈ ਤਾਂ ਕਰਕੇ ਨਹੀਂ ਨਹੀਂ ਆਰਟਿਸਟ ਆਰਟਿਸਟ ਹਣਾਉਂਦਾ ਰਹਿੰਦਾ ਹਰ ਜੋ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਵੀ ਹੋਇਆ ਔਰ ਜੋ ਮੈਂ ਆਸੇ ਪਾਸੇ ਦੇਖ ਰਿਹਾ ਉਹ ਮੈਂ ਆਪਦੇ ਤੇ ਮਹਿਸੂਸ ਕਰਕੇ ਉਹਨੂੰ ਪੇਸ਼ ਕਰਦਾ ਹਾਂ ਤਾਂ ਹੀ ਮੈਂ ਆਰਟਿਸਟ ਹਾਂ ਕਿ ਆਡੀਅנס ਵੀ ਉਸ ਚੀਜ਼ ਨਾਲ ਰਿਲੇਟ ਕਰਨੀ ਚਾਹੀਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਹੋ ਫਿਰ ਜੌਬ ਤੋਂ ਸਿੰਗਿੰਗ ਵੱਲ ਆਈ ਜਾਂ ਸਿੰਗਿੰਗ ਤੋਂ ਪੁਲਿਸ ਦੀ ਜੌਬ ਸਟਾਰਟ ਕੀਤੀ ਤੁਸੀਂ ਨਹੀਂ ਸਿੰਗਿੰਗ ਤਾਂ ਮੈਂ ਪਹਿਲੇ ਦਿਨੋਂ ਹੀ ਕਰ ਰਹੀ ਜੀ ਓਕੇ ਮੈਨੂੰ ਯਾਦ ਹੈ ਕਿ ਮੈਂ ਬਹੁਤ ਛੋਟਾ ਹੋਣੇ ਜਦੋਂ ਫਾਦ ਸਾਹਿਬ ਮੇਰੇ ਲੈ ਕੇ ਗਏ ਸੀ ਮੈਨੂੰ ਮਾਨਕ ਸਾਹਿਬ ਕੋਲੇ ਜੀ ਔਰ ਉਹਨਾਂ ਨੂੰ ਮੈਂ ਪੱਕ ਦਿੱਤੀ ਔਰ ਉਸਤਾਦ ਦੀ ਸ਼ਗਿਰਦੀ ਦਾ ਜੀ 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 ਤੇ ਸਫ਼ਰ ਤਾਂ ਮੇਰਾ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਔਰ ਜੌਬ ਦਾ ਤੁਹਾਨੂੰ ਮੈਂ ਦੱਸੇ ਕਿ ਜਿੱਦਾਂ ਹੁੰਦਾ ਹੈ ਕਿ ਨਾਲ-ਨਾਲ ਕੰਮ ਦੇ ਪੁੱਛਦੇ ਕਿ ਕੰਮ ਕੀ ਕੰਮ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਨਾਲ ਕਿਉਂਕਿ ਅੱਜਕੱਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਬੜਾ ਹੈਗਾ ਕਿ ਤੁਹਾਡਾ ਜੇ ਕੋਈ ਗਾਣਾ ਆਇਆ ਤਾਂ ਤੁਹਾਨੂੰ ਲੋਕ ਜਾਣਦੇ ਐ ਕੰਸੀਡਰ ਕਰਦੇ ਤੁਹਾਨੂੰ ਵੀ ਇਹ ਸਿੰਗਰ ਹੈਗਾ ਨਹੀਂ ਤਾਂ ਔਰ ਮੈਂ ਇਹ ਸੋਚ ਹੀ ਲਿਆ ਸੀ ਹੁਣ ਥੋੜੇ ਦਿਨਾਂ ਚ ਕਿ ਮੈਂ ਲਾਈਵ ਹੀ ਸ਼ੋਅ ਕਰਨੇ ਜਾਦਾ ਓਕੇ गाने गुने दा मैं थोड़ा ज्यादा रुझान ਘਟਾਇਆ ਹੋਇਆ ਹੈ ਕਿ ਇਧਰੋਂ ਹੈਪੀ ਰਾਈ ਕੋਟੀ ਜੀ ਨਾਲ ਮੇਰਾ ਪਿੱਛੇ ਆਇਆ ਸੀਗਾ ਜੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਲਾਈਵ ਜ਼ਿਆਦਾ ਕਰਨੀਆਂ ਲੋਕਾਂ ਦੇ ਮਤਲਬ ਸਿੱਧਾ ਰੂਬਰੂ ਹੋ ਕੇ ਲਾਈਵ ਪੇਸ਼ਕਾਰੀ ਕਰਨੀ ਹੈ ਔਰ ਉਹਦੇ ਵਿੱਚ ਤੁਹਾਨੂੰ ਉਹ ਲਾਈਵ ਹੈ ਸਿੱਧਾ ਤੁਹਾਨੂੰ ਤੁਹਾਨੂੰ ਪਤਾ ਹੈ ਕਿ 10 ਬੰਦੇ ਮੈਨੂੰ ਸੁਣ ਰਹੇ ਮੈਂ ਗਾ ਰਿਹਾ ਔਰ YouTube ਦੇ ਉੱਪਰ ਕੁਝ ਨਹੀਂ ਪਤਾ ਤੁਹਾਨੂੰ ਕਿੰਨੇ ਮਿਲੀਅਨਸ ਵਾਕਈ ਸੁਣ ਰਹੇ ਹੈ ਦੇਖ ਰਹੇ ਹੈ ਕਿ ਕਲਿੱਕਾਂ ਪੈ ਰਹੀਆਂ ਬਿਲਕੁਲ ਕਿਉਂਕਿ ਅੱਜਕੱਲ ਤੇ ਇਹ ਵੀ ਬੜਾ ਹੋ ਗਿਆ ਨਾ ਕਿ ਫੇਕ 뷰ਸ ਵੀ ਹੋ ਜਾਂਦੇ ਆ ਕਹਿ ਦਿੰਦੇ ਨੇ ਦੇਖ ਕੇ ਜਿਹੜੀ ਤੁਸੀਂ ਗਾਣਾ ਹੁੰਦਾ ਕਿ ਜਾਂਦੇ ਉਹਨੂੰ ਚਾਰ ਲੋਕ ਵੀ ਨਹੀਂ ਹੁੰਦੇ ਪਰ ਜਿਹੜੇ ਵਿਊਜ਼ ਆ ਉਹ ਮਿਲੀਅਨਸ ਦੇ ਵਿੱਚ ਹੁੰਦੇ ਆ। ਹਾਂ। ਐਦਾਂ ਵੀ ਹੋ ਜਾਂਦਾ। ਇਹ ਬਿਲਕੁਲ ਹੁੰਦਾ। ਨਹੀਂ ਚਲੋ ਇਹ ਕਿੰਡਸਟਰੀ ਦਾ ਆਪਣਾ ਹੈਗਾ YouTube ਦਾ ਆਪਣਾ ਫੰਡ ਹੈਗਾ ਕੁਝ ਚਲੋ ਸਾਰੇ ਫੇਕ ਨਹੀਂ ਹੁੰਦੇ। ਹੂੰ। ਬਟ ਉਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਤੁਹਾਨੂੰ ਕੁਝ ਨਹੀਂ ਪਤਾ ਹੈਗਾ। ਕਿ ਤੁਹਾਨੂੰ ਕਿੰਨੇ ਬੰਦਿਆਂ ਨੇ ਸੁਣਿਆ ਕਿੰਨੇ ਲਾਈਕ ਕਰ ਵੀ ਰਹੇ ਉਦਾਂ ਹੀ ਥੱਲੇ ਮਤਲਬ ਕਮੈਂਟ ਆ ਰਿਹਾ ਆਤ ਸਿਰਾ ਗੈਂਟ ਉਹਦਾ ਇਮਪ੍ਰੈਸ਼ਨ ਨਹੀਂ ਹੁੰਦਾ ਪੈਂਦਾ ਜਿਹੜਾ ਜਦੋਂ ਮੈਂ ਤੁਹਾਨੂੰ ਲਾਈਵ ਸੁਣਾਇਆ ਲਾਈਵ ਦੇ ਵਿੱਚ ਜੋ ਤੁਹਾਨੂੰ ਰਿਸਪੌਂਸ ਮਿਲ ਜਾਣਾ। ਬਿਲਕੁਲ ਜ਼ਰੂਰ। ਤੁਸੀਂ ਗੱਲ ਕਰ ਰਹੇ ਸੀ ਕਿ ਮਾਨਕ ਸਾਹਿਬ ਨੂੰ ਤੁਸੀਂ ਪੱਕ ਦਿੱਤੇ ਹਨਾ ਉਹਨਾਂ ਦੇ ਸ਼ਾਗਿਰਦ ਉਹ ਸੋ ਉਹ ਵਾਕਿਆ ਮੈਂ ਚਾਹਾਂਗੀ ਕਿ ਇੱਕ ਵਾਰ ਤੁਸੀਂ ਸਾਡੇ ਨਾਲ ਸਾਂਝਾ ਕਰੋ ਕਿੰਨੀ ਉਮਰ ਸੀ ਤੁਹਾਡੀ ਔਰ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਮਹਿਜ਼ ਮੈਨੂੰ ਲੱਗਦਾ ਮੈਂ 12 ਸਾਲ ਦਾ ਹੋਊਂਗਾ ਜਦੋਂ ਮੈਨੂੰ ਫਾਜ਼ਲ ਸਾਹਿਬ ਲੈ ਕੇ ਗਏ ਸੀ ਉੱਥੇ ਕਿ ਉਹਨਾਂ ਨੇ ਕਿਹਾ ਕਿ ਇਦਾਂ ਨੀਚ ਬੈਠ ਕੇ ਨਹੀਂ ਨਹੀਂ ਬੱਚਾ ਉੱਪਰ ਬੈਠੂਗਾ ਕਹਿੰਦੇ ਨਹੀਂ ਜੀ ਉਹਨਰ ਉਹਨਾਂ ਦੇ ਚਰਨਾਂ 'ਚ ਬੈਠਣ ਦਾ ਮੌਕਾ ਮਿਲਿਆ ਹੂੰ ਔਰ ਤੁਸੀਂ ਯਕੀਨ ਮੰਨੋਗੇ ਮੈਨੂੰ ਉਹਨਾਂ ਨੇ ਮੈਨੂੰ ਇਦਾਂ ਆਪਣੀ ਪੈਂਟ ਇਦਾਂ ਚੱਕ ਕੇ ਦਿਖਾਇਆ ਔਰ ਉਹਨਾਂ ਦੇ ਨਿਸ਼ਾਨ ਸੀਗਾ ਇੱਥੇ ਓਕੇ ਔਰ ਦੱਸ ਰਹੇ ਸੀ ਕਿ ਉਸਤਾਦ ਨੇ ਉਹਨਾਂ ਦੇ ਹਾਰਮੋਨੀਅਮ ਦੀ ਇਦਾਂ ਫੱਟੀ ਮਾਰੀ ਸੀ ਚਲਾ ਕੇ ਓਕੇ ਔਰ ਉਹਨਾਂ ਦੇ ਮਦਰ ਕਹਿੰਦੇ ਸੀ ਕਿ ਤੁਸੀਂ ਤੁਹਾਨੂੰ ਪੈਸੇ ਦਿੰਨੇ ਔਰ ਸਾਡੇ ਮੁੰਡੇ ਨੂੰ ਕੋੜਦਾ ਉਹ ਕਹਿੰਦੇ ਸੀ ਕਿ ਇਹਨੂੰ ਬੰਦਾ ਬਣਾ ਕੇ ਛੱਡੂਗਾ ਮੈਂ ਅੱਛਾ ਮਤਲਬ ਇਦਾਂ ਦੀਆਂ ਚੀਜ਼ਾਂ ਸੁਣਨ ਦੇ ਹਨ ਜਦੋਂ ਪ੍ਰਭਾਵ ਤੁਹਾਡੇ ਦਾ ਇਦਾਂ ਦਾ ਸ਼ੁਰੂ ਤੋਂ ਪਹਿਜੇ ਤੁਸੀਂ ਇੱਦੇ ਲੈਜੈਂਡ ਦੇ ਮੋਟੂ ਬੈਠੇ ਹੋ ਚਾਹਨਾ ਚ ਹਾਂ ਔਰ ਗੁਰਦਾਸ ਮਾਨ ਸਾਹਿਬ ਦੀ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਹੋਰ ਕਾਫੀ ਯੂਨੀਵਰਸਿਟੀ ਆਫ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੈਂ ਕੰਪੀਟੀਸ਼ਨ ਲੜਦਾ ਰਿਹਾ ਜੀ ਤੇ ਉੱਥੋਂ ਹੀ ਫਿਰ ਉਹ ਤੁਹਾਨੂੰ ਸੁਭਾਅ ਉਦਾਂ ਦਾ ਪੈ ਜਾਂਦਾ ਉਦਾਂ ਦਾ ਸੰਗੀਤ ਦਾ ਗਾਏ ਚਕਮੇ ਮੈਂ ਵੀ ਗਾਏ ਆ ਬਿਲਕੁਲ ਇੱਕ ਗਾਣਾ ਮੇਰਾ ਵੀ ਆਇਆ ਸੀ ਚਕਮਾਂ ਜੀ ਬਟ ਜਿਹੜੇ ਮਾਨਕ ਸਾਹਿਬ ਔਰ ਨੂਸਰ ਸਾਹਿਬ ਨੂੰ ਸੁਣਿਆ ਹਮ ਔਰ ਲੇਜੈਂਡਸ ਨੂੰ ਸੁਣਿਆ ਉਹ ਚੀਜ਼ ਜਿਹੜੀ ਅੰਦਰ ਘਰ ਕਰ ਗਈ ਉਹ ਫਿਰ ਨਿਕਲਦੀ ਨਹੀਂ ਨਿਕਲਦੀ ਨਹੀਂ ਬਿਲਕੁਲ ਔਰ ਤੁਸੀਂ ਕਹਿ ਰਹੇ ਸੀ ਕਿ ਚਕਮਾ ਇਹ ਗੀਤ ਹੈ ਜਿਹੜਾ ਤੁਸੀਂ ਵੀ ਸੁਣਾਇਆ ਹੈ ਉਹਦੀਆਂ ਦੋ ਲ ਹੂੰ ਹੂੰ ਚਲੋ ਵੈਸੇ ਤਾਂ ਉਹ ਗਾਣਾ ਤਾਂ ਗਾਣਾ ਇਦਾਂ ਦਾ ਹੈਗਾ ਉਹ ਜੀ ਹੂੰ ਉੱਠਦਾ ਸਵੇਰੇ ਮਿਸ ਕਾਲਾਂ ਦਾ ਨਹੀਂ ਢੇਰ ਹੁੰਦਾ ਘਰੋਂ ਬਾਹਰ ਹੋਵਾਂ ਜਦੋਂ ਟਾਈਮ ਨਹੀਂ ਹੋ ਫੇਰ ਹੁੰਦਾ ਵਿਨ ਡੀਜ਼ਲ ਦੇ ਵਾਂਗੂ ਸਾਰਾ ਦਿਨ ਰੋੜਦੇ ਨਹੀਂ ਤੇਰੇ ਨਾਲ ਹੋਵਾਂ ਜਦੋਂ ਪਹਿਲਾ ਦੂਜਾ ਗੇਰ ਹੁੰਦਾ ਮਾੜਾ ਮੋਟਾ ਯਸਲਾ ਤਾਂ ਜਾਣਦੀ ਹੋਏਗੀ ਜਿਹੜਾ ਆ ਗਿਆ ਨਹੀਂ ਦਿਲ ਬਦਮਾਸ਼ ਤੇ ਨਹੀਂ ਮਿਲੂ ਘਰ ਕੰਨ ਤੈਨੂੰ ਸੁਣ ਸਾਲ ਰਾਸਤੇ ਨਹੀਂ ਸਾਰਾ ਦਿਨ ਲੱਖਿਆ ਏ ਵੇਲਾ ਤੇਰੇ ਵਾਸਤੇ ਨਹੀਂ ਡੱਬ ਵਿੱਚ ਮੌਜ਼ਰ ਤੇ ਹੱਥ ਵਿੱਚ ਹੱਥ ਤੇਰੇ ਉਂਝ ਜੱਟ ਕਰੇ ਨਾ ਯਕੀਨ ਬੰਦੇ ਖਾਸ ਤੇ ਨਹੀਂ ਸਾਰਾ ਦਿਨ ਸੋ ਇਹ ਮੇਰਾ ਮਤਲਬ ਇਹ ਟੈਸਟ ਨਹੀਂ ਛੇ ਮੇਰਾ ਮੈਨੂੰ ਇਹ ਹੁੰਦਾ ਕਿ ਜੇ ਤੁਸੀਂ ਆਰਟਿਸਟ ਹੋ ਤੁਸੀਂ ਨੂੰ ਹਰ ਚੀਜ਼ ਗਾਉਣਾ ਚਾਹੀਦਾ ਮੈਂ ਇੱਕ ਬਾਉਂਡੇਸ਼ਨ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਕਿ ਸੂਫੀ ਗਾਉਂਦਾ ਜਾਂ ਇਦਾਂ ਮੈਂ ਹਰ ਚੀਜ਼ ਗਾਉਣਾ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਇੱਕ ਆਰਟਿਸਟ ਹੋਈ ਹੈ ਜਿਹੜਾ ਹਰ ਇੱਕ ਚੀਜ਼ ਨੂੰ ਕਿਉਂਕਿ ਆਡੀਅנס ਜਦੋਂ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਚਾਹੇ ਉਹ ਤੁਸੀਂ ਸੈਡ ਗਾ ਰਹੇ ਹੋ ਹਨਾ ਕੋਈ ਬੀਟ ਦਾ ਗਾ ਰਿਓ ਤੇ ਤੁਹਾਨੂੰ ਆਡੀਅנס ਅਕਸੈਪਟ ਕਰ ਰਹੀ ਉਸ ਚੀਜ਼ ਨੂੰ ਲੈ ਕੇ ਪਰ ਜਿੱਦਾਂ ਹੁਣ ਅਸੀਂ ਦੇਖਿਆ ਕਿ ਹਨਾ ਸਰਕਾਰ ਵੱਲੋਂ ਹਥਿਆਰਾਂ ਤੇ ਬੈਨ ਕਰ ਦਿੱਤਾ ਗਿਆ ਹੈ ਟੋਏ ਗਨ ਤੇ ਵੀ ਹਨਾ ਇੱਕ ਬੱਚੇ ਨੇ ਇਹ ਕਿਸੇ ਨੇ ਵੀਡੀਓ ਵੀ ਪਾ ਦਿੱਤੀ ਤੇ ਉਹਨਾਂ ਦੇ ਉੱਪਰ ਵੀ ਐਫ ਆਈ ਆਰ ਹੋ ਰਹੀ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਉਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਨਾ ਦੇਖੋ ਹਥਿਆਰ ਦੇ ਉੱਤੇ ਅੱਗੇ ਮੈਂ ਸੁਣ ਰਿਹਾ ਸੀ ਕਿ ਹਥਿਆਰ ਦੇ ਉੱਤੇ ਜੇ ਤੁਸੀਂ ਗਾਉਣਾ ਗਾਓ ਕੋਈ ਗੱਲ ਨਹੀਂ ਸਾਡਾ ਕਲਚਰ ਹੀ ਹਥਿਆਰਾਂ ਦੇ ਵਿੱਚ ਪਿਛਲੀ ਹਿਸਟਰੀ ਚੱਕ ਲੋ ਤੁਸੀਂ ਬਟ ਹਰ ਗਾਣਾ ਹੀ ਤੁਸੀਂ ਹਨਾ ਤੁਹਾਨੂੰ ਕੋਈ ਤਾਲੀਮ ਨਹੀਂ ਹੈ ਸਵਰ ਦੀ ਕੋਈ ਤੁਸੀਂ ਲਿਖਿਆ ਨਹੀਂ ਹਨਾ ਹਰ ਹਰ ਗੱਲ ਤੇ ਤੁਸੀਂ ਠਾਠ 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 ਇੱਕ ਅੱਧਾ ਗਾਣਾ ਹੁੰਦਾ ਹੈ ਉਹ ਓਕੇਜਨਲੀ ਜਾਂ ਕੋਈ ਮਤਲਬ ਆਡੀਅנס ਇਦਾਂ ਦੀ ਮਤਲਬ ਤੁਸੀਂ ਵਿਆਹ ਤੇ ਗਏ ਹੋਏ ਹੋ ਠੀਕ ਹੈ ਹੁਣ ਵਿਆਹ ਤੇ ਤਾਂ ਤੁਸੀਂ ਇਦਾਂ ਦੀ ਜਾਂ ਕੁਝ ਗਾ ਨਹੀਂ ਸਕੋਗੇ ਸੈਟ Song ਨਹੀਂ ਗਾ ਸਕੋਗੇ ਉੱਥੇ ਚਲੋ ਦੂਜੇ ਵੀ ਗਾ ਰਹੇ ਨੱਚਣ ਵਾਲੇ ਵੀ ਗਾ ਰਹੇ ਇੱਕ ਅੱਧੀ ਕੋਈ ਫਰਮਾਇਸ਼ ਆ ਗਈ ਸੁਣਾ ਦਿਓ ਬਟ ਇਹ ਹੁਣ ਮੌਲ ਨਾ ਜ਼ਿਆਦਾ ਇਦਾਂ ਦਾ ਹੋ ਗਿਆ ਸੀ ਕਿ ਹਰ ਬੰਦਾ ਹੀ ਹਥਿਆਰਾਂ ਦੇ ਉੱਤੇ ਗੱਲ ਕਰ ਰਿਹਾ ਐਂ ਕਰ ਔਰ ਵਾਕਿਆ ਬੜੇ ਹੋਏ ਆ ਇੱਕ ਲੜਕੀ ਮਰ ਗਈ ਸੀਗੀ ਔਰ ਬਹੁਤ ਉਹ ਪਿੱਛੇ ਜੇ ਸਿੱਧੂ ਮੂਸੇ ਦਾ ਦਾ ਕਿੱਡੀ ਮਤਲਬ ਕਿੱਡਾ ਤੁਹਾਨੂੰ ਭੁਗਤਣਾ ਪਿਆ ਉਸ ਦਾ ਬਿਲਕੁਲ ਕਿਉਂਕਿ ਇੱਕ ਅੱਛਾ ਆਰਟਿਸਟ ਹਣਾ ਜਦੋਂ ਇਸ ਤਰ੍ਹਾਂ ਉਹਦਾ ਜਾਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ ਕਦੇ ਵੀ ਅਸੀਂ ਨਹੀਂ ਭੁੱਲ ਸਕਦੇਗੇ ਤੁਸੀਂ ਬਿਲਕੁਲ ਮੈਂ ਨਾ ਅੱਗੇ ਕਹਿ ਰਿਹਾ ਸੀ ਮੈਂ ਹਾਲੀ ਦੇ ਵਿੱਚ ਮੈਂ ਹੁਣ ਸ਼ਾਇਦ ਇੱਕ ਆਪਣਾ ਮੈਂ ਇੰਸਟਾਗ੍ਰam ਦੇ ਉੱਤੇ ਮੇਰਾ ਹੈਗਾ ਤੁਸੀਂ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਜਸਪੁਰੇਂ ਢਿੱਲਾਉਂ ਦੇ ਉੱਤੇ ਕਿਉਂਕਿ ਉੱਦਾਂ ਤਾਂ ਮੈਂ ਹੈ ਨਹੀਂ ਮੇਰਾ ਜਿਆਦਾ ਮੈਂ ਸੋਸ਼ੀਅਲੀ ਐਕਟਿਵ ਨਾ ਹੈ ਨਹੀਂ ਇੰਸਟਾਗ੍ਰam ਫੇਸਬੁੱਕ ਤੇ ਮੈਂ ਪਾਉਣਾ ਰਹਿਣਾ ਔਰ ਹਾਲੀ ਦੇ ਵਿੱਚ ਮੈਂ ਸੋਚਿਆ ਸੀ ਕਿ ਸਿੱਧੂ ਮੂਸੇ ਵਾਲੇ ਦਾ ਔਰ ਜਿਹੜਾ ਨੂਰਜਹਾਨ ਜੀ ਦਾ ਉਹਨਾਂ ਨੇ ਮੇਬੀ ਗਾਇਆ ਹੈਗਾ ਮੈਂ ਉਹ ਤੁਹਾਨੂੰ ਸੁਣਾਣਾ ਜੀ ਜ਼ਰੂਰ ਹੈ ਉਹਨੂੰ ਮੈਂ ਮੈਸ਼ਅਪ ਕੀਤਾ ਸੀ ਥੋੜਾ ਜਿਹਾ ਓਕੇ ਹੂੰ ਹੋ ਜਦੋਂ ਖਬਰਾਂ ਚ ਆਉਂਦੇ ਤੇਰਾ ਨਾਂ ਔਰ ਜਦੋਂ ਖਬਰਾਂ ਚ ਆਉਂਦੇ ਤੇਰਾ ਨਾਂ ਮੈਂ ਥਾਂ ਮਰ ਜਾਣੀਆਂ ਵੀ ਮੈਂ ਤਾਂ ਮਰ ਜਾਨੀਆਂ ਹਾਏ ਹਾਏ ਵੇ ਜਦੋਂ ਖਬਰਾਂ ਚ ਆਉਂਦੇ ਤੇਰਾ ਨਾਂ ਮੱਦ ਦਾ ਦੇਵਾ ਦੇ ਝੂਠੇ ਝੂਠਾ ਹੁੰਦਾ ਪਿਆਰ ਵੇ ਝੂਠਾ ਹੁੰਦਾ ਪਿਆਰ ਵੇ ਕਰਦੇ ਮੁਹੱਬਤ ਕੌਣ ਜਾਂਦੇ ਹਾਰ ਵੇ ਕੀ ਐਤਬਾਰ ਜਦੋਂ ਪੁੱਛਦੀਆਂ ਮੈਨੂੰ ਸਖੀਆਂ ਮੈਂ ਥਾ ਮਰ ਜਾਨੀਆਂ ਵੇ ਮੈਂ ਥਾ ਮਰ ਜਾਨੀਆਂ ਜਿਹੜਾ ਅਸਲੀ ਗਾਣਾ ਹਾਏ ਹਾਏ ਵੇ ਜਦੋਂ ਹੌਲੀ ਜਹੀ ਲੈਨੇ ਮੇਰਾ ਨਾਮ ਹਾਏ ਹਾਏ ਵੇ ਜਦੋਂ ਖਬਰਾਂ ਚ ਆਉਂਦੇ ਤੇਰਾ ਨਾਮ ਸੋ ਇਹਨੂੰ ਮੈਂ ਮੈਸ਼ ਅਪ ਕੀਤਾ ਸੀ ਕਿ ਇਹਨੂੰ ਇਦਾਂ ਉਸੇ ਵਰਦਨ ਜਿੱਦਾਂ ਸਿੱਧੂ ਉਹਨਾਂ ਨੇ ਗਾਇਆ ਜੀ ਜੀ ਉਹਦਾਂ ਆ ਕੇ ਕੋਸ਼ਿਸ਼ ਕਰੀਏ ਇੱਕ ਬਿਲਕੁਲ ਬਸ ਤਾਂ ਜਿਹੜੇ ਸੁਣ ਵਾਲੇ ਉਹਨਾਂ ਨੂੰ ਪਤਾ ਹੀ ਕਿ ਕਿੰਨਾ ਨਗਾਣਾ ਬਟ ਉਹਨਾਂ ਨੇ ਅੱਛੀ ਕੋਸ਼ਿਸ਼ ਕੀਤੀ ਸੀ ਮਾੜਾ ਵਧੀਆ ਲੱਗਿਆ ਸਾਨੂੰ ਮੈਨੂੰ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੋ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਵੀ ਲੱਗਦਾ ਹੈ ਕਿ ਜੇ ਅਸੀਂ ਹਥਿਆਰਾਂ ਵਾਲੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਆਡੀਅנס ਨੂੰ ਇਦਾਂ ਵੀ ਲੱਗਦਾ ਹੈ ਕਿ ਰੀਅਲ ਲਾਈਫ ਦੇ ਵਿੱਚ ਵੀ ਉਹ ਉਹਨੂੰ ਆਪਦੇ ਹੱਥ ਤੇ ਕਿਤੇ ਨਾ ਕਿਤੇ ਜ਼ਿਆਦਾ ਹੀ ਹਾਵੀ ਹੋ ਜਾਂਦੇ ਆ ਬਿਲਕੁਲ ਇਹ ਤਾਂ ਹੈ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿੱਦਾਂ ਤੁਸੀਂ ਸੋਚਦੇ ਹੋਂਦਾ ਤੁਸੀਂ ਹੋ ਜਾਂਦੇ ਹੋ ਹਾਂ ਹਥਿਆਰਾਂ ਵਾਲੇ ਗਾਣੇ ਠੀਕ ਹੈ ਉਹ ਪਹਿਲਾਂ ਵੀ ਕਿਹਾ ਕਿ ਜਦੋਂ ਇੱਕ ਮੌਕਾ ਕੋਈ ਇੱਕ ਅੱਧਾ ਗਾਣਾ ਗਾਇਆ ਕੋਈ ਰੋਮਾਂਟਿਕ ਗਾਣਾ ਤਾਂ ਕੁਝ ਹੁਣ ਮੈਂ ਗਾਇਆ ਦੇਖੋ ਹੁਣ ਮੈਂ ਤੁਹਾਨੂੰ ਇੱਕ ਨੂਸ ਸਾਹਿਬ ਦਾ ਵੀ ਸੁਣਾਉਂਗਾ ਇਹ ਦੂਜਾ ਗਾਣਾ ਠੀਕ ਹੈ ਮਤਲਬ ਹਰ ਚੀਜ਼ ਗਾਉ ਹਰ ਤਰ੍ਹਾਂ ਦੀ ਆਡੀਅੰਸ ਹੈ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਜਮੇ ਉਸ ਦੇ ਵਿੱਚ ਹੀ ਹੰਦਲ ਜਹੋ ਜੋਂ ਵੀ ਜਾਓਗੇ ਹਥਿਆਰਾਂ ਹਥਿਆਰਾਂ ਦੇ ਵਿੱਚ ਹੀ ਵੜਦੇ ਜਾਓ ਔਰ ਫਿਰ ਉਹਦਾ ਰਿਜ਼ਲਟ ਤਾਂ ਮਾਰੇ ਆਪਣੇ ਸਾਹਮਣੇ ਹੀ ਨਿਕਲਦੇ ਨਿਕਲਦਾ ਕੁਝ ਨਾ ਕੁਝ ਸਿੱਟਾ ਜੀ ਜੀ ਬਿਲਕੁਲ ਔਰ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਹਨਾ ਕਈ ਇਦਾਂ ਦੇ ਵੀ ਆਰਟਿਸਟ ਹੁੰਦੇ ਆ ਜਿਨ੍ਹਾਂ ਨੂੰ ਗਾਣਾ ਨਹੀਂ ਆਉਂਦਾ ਹੁੰਦਾ ਪਰ ਉਹ ਇੰਨੇ ਗੀਤ ਉਹਨਾਂ ਦੇ ਇੰਨੇ ਚੱਲ ਜਾਂਦੇ ਆ ਮਿਲੀਅਨਸ ਦੇ ਵਿੱਚ ਕਹਿ ਦਿੰਦੇ ਕਿ ਈਵਿਊਜ਼ ਹੋ ਜਾਂਦੀਆਂ ਪਰ ਕਿਤੇ ਨਾ ਕਿਤੇ ਇੰਦਾ ਵੀ ਲੱਗਦਾ ਆ ਕਿ ਜਿਹੜੇ ਇੱਕ ਮੰਜੇ ਆਰਟਿਸਟ ਆ ਜਿਨ੍ਹਾਂ ਨੂੰ ਗਾਣਾ ਆਉਂਦਾ ਆ ਹਨਾ ਉਹਨਾਂ ਨੇ ਗਾਇਕੀ ਸਿੱਖੀ ਹੋਈ ਆ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਇਹ ਐਕਚੁਅਲੀ ਆਡੀਅנס ਤੇ ਡਿਪੈਂਡ ਕਰਦਾ ਹੈ ਇਹ ਕਿਉਂਕਿ ਆਡੀਅੰਸ ਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਸਿੱਖਿਓ ਕਿ ਉਹਨਾਂ ਨੂੰ ਦੇਖਣਾ ਹੁੰਦਾ ਕਿ ਤੁਹਾਡਾ ਮੈਟਰ ਕੀ ਚੱਲ ਰਿਹਾ ਜਾਂ ਤਾਂ ਉਹਨਾਂ ਨੂੰ ਜਦ ਮੈਂ ਲਾਈਵ ਕਰ ਰਿਹਾ ਹਾਂ ਉਹਨਾਂ ਨੂੰ ਤੁਹਾਡੀ ਆਵਾਜ਼ ਵਧੀਆ ਲੱਗਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਤੁਹਾਡਾ ਮੈਟਰ ਪਸੰਦ ਆਉਣਾ ਚਾਹੀਦਾ ਹੈ ਬਿਲਕੁਲ ਆਮ ਪਬਲਿਕ ਨੂੰ ਕੁਝ ਨਹੀਂ ਪਤਾ ਉਹ ਉਹਨਾਂ ਨੂੰ ਤੁਸੀਂ ਜੋ ਐਡ ਲਾ ਕੇ ਜੋ ਪੇਸ਼ਕਾਰੀ ਜੋ ਤੁਸੀਂ ਕਰ ਦੇਣੀ ਹੈ ਉਹ ਦੇਖ ਲੈਣਗੇ ਐਡਵਰਟਾਈਜ਼ਮੈਂਟ ਤੁਸੀਂ ਇੱਕੋ ਚੀਜ਼ ਦੀ ਦਿਖਾਈ ਜਾਓਗੇ ਦਿਖਾਈ ਜਾਓਗੇ ਤੁਸੀਂ ਕੋਲਗੇਟ ਕੋਲਗੇਟ ਕਰਦੇ ਜਾਓ ਤਾਂ ਤੁਸੀਂ ਦੁਕਾਨ ਤੇ ਜਾ ਕੇ ਇਹ ਨਹੀਂ ਕਹੋਗੇ ਟੂਥ ਬ੍ਰਸ਼ ਉਹ ਦੇ ਦਿਓ ਟੂਥਪੇਸਟ ਦੇ ਦਿਓ ਤੁਸੀਂ ਕਹੋਗੇ ਕੋਲਗੇਟ ਦੇ ਦਿਓ ਕੋਲਗੇਟ ਤੇ ਉਹ ਫਰਕ ਪੈਂਦਾ ਹੈ ਨਾ ਤੁਸੀਂ ਐਡਵਰਟਾਈਜ਼ਮੈਂਟ ਇੱਕ ਚੀਜ਼ ਦੀ ਕਰੀ ਜਾਨੀ ਕਰੀ ਜਾਨੀ ਕਰੀ ਜਾਣੀ ਹੈ ਹੂੰ ਔਰ ਸੋਸ਼ਲ ਮੀਡੀਆ ਤੇ ਪਹਿਲਾਂ ਹੁੰਦਾ ਸੀ ਟੀਵੀ ਹੁੰਦਾ ਸੀ ਕਿ ਟੀਵੀ ਦੇ ਉੱਤੇ ਐਡ ਆਈ ਜਾਂਦੀ ਆਈ ਜਾਂਦੀ ਹੈ ਤੇ ਹੁਣ ਉਹ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਤੁਸੀਂ ਇੱਕੋ ਹੀ ਚੀਜ਼ ਨੂੰ ਰੀਲਾਂ ਬਣਾਈ ਜਾਂਦੀਆਂ ਸੀ ਤਾਂ ਉਹ ਚੀਜ਼ ਫਿਰ ਥੋੜੇ ਕਿਤੇ ਨਾ ਕਿਤੇ ਅੰਦਰ ਉਹ ਵਾਇਰਲ ਜਿਹਨੂੰ ਕਹਿੰਦੇ ਵਾਇਰਲ ਵਾਇਰਲ ਇਦਾਂ ਹੀ ਹੁੰਦਾ ਜਿਵੇਂ ਹੁਣ ਮੈਨੂੰ 4 ਦਿਨ ਰਹਿੰਦਾ ਫਿਰ ਪਤਨ ਕਿੱਧਰ ਜਾਂਦਾ ਹੈ 4 ਦਿਨ ਰਹਿੰਦੇ ਫਿਰ ਕਿੱਥੇ ਵਾਇਰਲ ਹੋਣ ਨਾਲੋਂ ਤੁਸੀਂ ਆਪਦੀ ਪਹਿਚਾਨ ਬਣਾਓ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਇੱਕ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਜੇ ਤੁਹਾਡੇ ਗੀਤ ਇਹ ਨਹੀਂ ਹੋਣਾ ਚਾਹੀਦਾ ਕਿ 4 ਦਿਨ ਚੱਲੇ ਤੇ 4 ਦਿਨਾਂ ਬਾਅਦ ਤੁਹਾਨੂੰ ਕੋਈ ਪਛਾਣੇ ਨਾ ਹਨਾ ਜਦੋਂ ਤੁਸੀਂ 4 ਬੰਦਿਆਂ ਚ ਜਾਂਦੇ ਹੋ ਉਦੋਂ ਵੀ ਤੁਹਾਨੂੰ ਕੋਈ ਨਾ ਪਛਾਣੇ ਇਦਾਂ ਨਹੀਂ ਹੋਣਾ ਚਾਹੀਦਾ ਸੰਗੀਤ ਦਾ ਅਸਰ ਹੁੰਦਾ ਹੈ ਹੁਣ ਤੁਸੀਂ ਬਿਲਕੁਲ ਮੈਂ ਤੁਹਾਨੂੰ ਇੱਕ ਸੁਣਾਉਣਾ ਗਾਣਾ ਨੂਰ ਸਾਹਿਬ ਦੀ ਕੰਪੋਜੀਸ਼ਨ ਹੈ ਇਦਾਂ ਦੀਆਂ ਹਨਾ ਕਿ ਉਹਨਾਂ ਪੁਰਾਣੇ ਲੈਜੈਂਡ ਹੋਗੇ ਉਹਨਾਂ ਨੂੰ ਸੁਣਦੇ ਹੋ ਤੁਹਾਨੂੰ ਭਾਵੇਂ ਸਦੀਆਂ ਪਹਿਲਾਂ ਦੀ ਆਈ ਵੀ ਹੈ ਮੇਰੇ ਖਿਆਲ ਚ ਮੇਰਾ ਜਨਮ ਨਹੀਂ ਹੋਇਆ ਹੁਣ ਜਦੋਂ ਦਾ ਆਇਆ ਹੋਣਾ ਇਹ ਕਰੋ ਮਤਲਬ ਕਿ ਹੰ ਬਿਛੜ ਗਿਆ ਮੇਰੇ ਦਿਲ ਦਾ ਜਾਨੀ ਤੇ ਮੇ ਕੱਖਾਂ ਵਾਂਗਰ ਰੁੜ ਗਈ ਫੁੱਲ ਨਾ ੜੂ ਨਾਜ਼ੁਕ ਜਿੰਦੜੀ ਤੇ ਮੇਰੀ ਵਿੱਚ ਕੰਡਿਆਂ ਦੇ ਰੁਲ ਗਈ ਰਮ ਸਜਣਾ ਦੇ ਮਰ ਮੁਕਾਇਆ ਤੇ ਮੈਂ ਅਥਰੂ ਬਣ ਕੇ ਡੁੱਲ ਗਈ ਇੱਕ ਮਾਇਆ ਤੇਰੀ yaad ਨਾ ਭੁੱਲਦੀ ਤੇ ਬਾਕੀ ਹਰ ਸ਼ੈ ਜਗ ਦੀ ਭੁੱਲ ਗਈ ਕਿੰਜ ਵਿਛੜੇ ਮੁੜ ਨਹੀਂ ਆਏ ਮੁੜ ਨਹੀਂ ਆਏ ਜਾਨੀ ਦੂਰ ਗਏ ਕਿੰਜ ਵਿਛੜੇ ਇਹ ਹੁਣ ਤੁਸੀਂ ਇਹ ਚੀਜ਼ਾ ਹੁਣ ਕਿਤੇ ਵੀ ਗਾਓ ਹਨਾ ਬਿਲਕੁਲ ਤੁਸੀਂ ਚਾਹੇ ਮਹਿਫਲ ਚ ਗਾਓ ਲਾਈਵ ਗਾ ਦਿਓ ਰਿਕਾਰਡਡ ਪਾ ਦਿਓ ਕਿਤੇ ਨਾ ਕਿਤੇ ਤੁਹਾਡੀ ਪਸੰਦ ਕਿਸੇ ਨਾ ਕਿਸੇ ਨੇ ਵਰਗ ਨੇ ਕਰ ਹੀ ਲੈਣੀ ਬਿਲਕੁਲ ਬਿਲਕੁਲ ਬਟ ਜਿਹੜੀ ਉਹ ਕਮਰਸ਼ੀਅਲ ਵਾਲੀ ਚੀਜ਼ ਆ ਉਹ ਵੀ ਜ਼ਰੂਰੀ ਆ ਉਹਨੂੰ ਵੀ ਮੈਂ ਨਕਾਰ ਨਹੀਂ ਰਿਹਾਗਾ ਜਦੋਂ ਮੈਂ ਸੁਣਾਇਆ ਸੀ ਉੱਠ ਦਾ ਸਵੇਰੇ ਮਿਸਕਾਲਾਂ ਤਾਂ ਨਹੀਂ ਢੇਰ ਹੁੰਦਾ ਇਹਨੂੰ ਇਹਨੂੰ ਵੀ ਸੁਣਨ ਵਾਲੇ ਕੁਝ ਹੈਗੇ ਆ ਬਿਲਕੁਲ ਬ੍ਰੇਕ ਤੋਂ ਜਾਂ ਤਾਂ ਪਹਿਲਾ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਮੈਂ ਮਾਨਕ ਸਾਬ ਨੂੰ ਬਹੁਤ ਸੁਨੇ ਆ ਨਾ ਗੁਰਦਾਸ ਮਾਨ ਨੂੰ ਬਹੁਤ ਸੁਨੇ ਆਇਆ ਸੋ ਕਿਹੜਾ ਗੀਤ ਸੀ ਜਿਹੜਾ ਉਹਨਾਂ ਦਾ ਸਭ ਤੋਂ ਵੱਧ ਸੁਣਦੇ ਸੀ ਮੈਂ ਮਾਨਕ ਸਾਬ ਦੇ ਗੁਰਦਾਸ ਮਾਨ ਸਾਬ ਮਾਨਕ ਸਾਬ ਨੂਸਰ ਸਾਬ ਇਹਨਾਂ ਨੂੰ ਮਤਲਬ ਬਹੁਤ ਸੁਨੇ ਆ ਤੇ ਮਾਨਕ ਸਾਬ ਦਾ ਮੈਂ ਤੁਹਾਨੂੰ ਥੋੜਾ ਜਿਹਾ ਸੁਣਾਣਾ ਕਿਉਂਕਿ ਮੈਂ ਉਦਾਂ ਤਾਂ ਨਹੀਂ ਮੈਂ ਹੁਣ ਸੁਣਾ ਪਾਉਂਗਾ ਕਿਉਂਕਿ ਤਬੀਅਤ ਕਰਕੇ ਔਰ ਕੁਛ ਮੈਂ ਕੋਸ਼ਿਸ਼ ਕਰ ਦਾਂ ਨਾ ਜੀ ਜ਼ਰੂਰ ਹੂੰ ਹੋ ਟਿੱਲੇ ਵਾਲਿਆ ਹੋ ਟਿੱਲੇ ਵਾਲਿਆ ਮੜਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਹੋ ਮੁੱਲੇ ਲੱਗਦਾ ਹੈ ਹੋ ਪਾਕੇ ਮੁੰਦਰਾ ਤੂੰ ਤੋੜਦੇ ਫਕੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਹੋ ਮੁੱਲੇ ਲਗਦਾ ਹੈ ਇੱਕ ਜੱਟੀ ਦੇ ਉਹ ਨਾ ਬਿਨੇ ਨਾ ਪੱਟਿਆ ਇੱਕ ਜੱਟੀ ਦੇ ਉਹ ਨਾ ਬਿਨਹਣਾ ਪੱਟਿਆ ਮੱਝਾਂ ਚਾਰੀਆਂ ਅਵੱਲਾ ਰੋਗ ਖਟਿਆ ਕੌਣ ਮਿਟ ਸਕੇ ਲਿਖੀ ਤਕਦੀਰ ਨੂੰ ਤੇਰਾ ਕਿਡਾ ਮੁੱਲ ਲੱਗਦਾ ਹੋ ਮੁੱਲੇ ਲੱਗਦਾ ਹਏ ਮੁੱਲੇ ਲੱਗਦਾ ਹੋ ਕਿਉਂਕਿ ਟਿੱਲੇ ਵਾਲਿਆ ਮਾਂ ਹੁੰਦੀ ਐ ਮਾਂ ਤੇ ਟਿੱਲੇ ਤੋਂ ਸੁਰਦੀ ਨਹੀਂ ਐ ਇਹਦਾ ਸੁਣੀ ਐ ਸਭ ਨੇ ਮੈਨੂੰ ਇਹ ਸੀ ਕਿ ਮੈਂ ਏ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਮਾਨਕ ਸਾਬ ਨੂੰ ਸੁਣਿਆ ਹੋਇਆ ਤੇ ਇਹ ਵੀ ਮਾਨਕ ਸਾਬ ਦਾ ਹੈਗਾ ਕੋਈ ਬਿਲਕੁਲ ਬਿਲਕੁਲ ਔਰ ਜਸਪੁਰਨ ਕਿਤੇ ਨਾ ਕਿਤੇ ਇਹ ਚੀਜ਼ ਵੀ ਲੱਗਦੀ ਆ ਕਿ ਜਿੱਦਾਂ ਤੁਸੀਂ ਹਨਾ ਬਹੁਤ ਸਿੱਖੇ ਹੋਏ ਹੋ ਬਹੁਤ ਵਧੀਆ ਤੁਸੀਂ ਗਾਉਂਦੇ ਹੋ ਕਿਤੇ ਨਾ ਕਿਤੇ ਇਹ ਚੀਜ਼ ਵੀ ਮਾਈਂਡ ਦੇ ਵਿੱਚ ਲੱਗਦੀ ਆ ਕਿ ਜਿੰਨੀ ਕਾਮਯਾਬੀ ਮੈਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਮੈਂ ਇੱਕ ਸਿੱਖਿਆ ਹੋਇਆ ਆ ਆਰਟਿਸਟ ਹਨਾ ਤੁਸੀਂ ਯੂਨੀਵਰਸਿਟੀ ਦੀ ਸਟੇਜਾਂ ਤੇ ਬਹੁਤ ਗਾਇਆ ਉਨੀ ਕਾਮਯਾਬੀ ਮੈਨੂੰ ਕਿਤੇ ਨਹੀਂ ਮਿਲੀ ਹਾਂ ਐਕਚੁਅਲੀ ਇਹ ਨਾ ਮੈਂ ਉਹੀ ਗੱਲ ਕਰ ਰਿਹਾ ਸੀ ਕਾਮਯਾਬੀ ਨਹੀਂ ਮੈਂ ਨਹੀਂ ਸਮਝਦਾ ਕਿ ਮੈਨੂੰ ਕਾਮਯਾਬੀ ਨਹੀਂ ਮਿਲੀ ਜਿਹੜਾ ਆਡੀਅנס ਦਾ ਰਿਸਪੌਂਸ ਹੁੰਦਾ ਉਹ ਮੈਨੂੰ ਦੱਸਦਾ ਹੈ ਕਿ ਮੈਂ ਕਾਮਯਾਬ ਹੈ ਹੈਨਾ ਇੱਕ ਕਾਮਯਾਬੀ ਦਾ ਆਪਾਂ ਜਿਹਨੂੰ ਮਾਪਦੰਡ ਲਾ ਲੈਨੇ ਕਿ ਆਪਾਂ ਕਾਮਯਾਬੀ ਆਪਾਂ ਕਿਹਨੂੰ ਕਹਿੰਦੇ ਹਾਂ ਕਿ ਮਿਲੀਅਨਸ ਵਿਊ ਹੈ ਇਹਦਾ ਗਾਣਾ ਆਇਆ ਹੈ ਠੀਕ ਹੈ ਮੇਰਾ ਮੈਂ ਤੁਹਾਨੂੰ ਸੁਣਾਉਣਾ ਹੈਪੀ ਰਾਈ ਕੋਟੀ ਜੀ ਨਾਲ ਮੇਰਾ ਇੱਕ ਗਾਣਾ ਆਇਆ ਸੀ ਜੀ ਜੀ ਕਾਫੀ ਕਾਰਨ ਹੁੰਦੇ ਆ ਕਿ ਤੁਸੀਂ ਕੁਝ ਨਾ ਕੁਝ ਇਹਦੇ ਵਿੱਚ ਇੱਕ ਬੰਦਾ ਨਹੀਂ ਜੁੜਿਆ ਹੁੰਦਾ ਇਹਦੇ ਵਿੱਚ ਮਿਊਜ਼ਿਕ ਇੰਡਸਟਰੀ ਜੁੜੀ ਹੋਈ ਹੈ ਠੀਕ ਹੈ ਪ੍ਰੋਡਿਊਸਰ ਜੁੜੇ ਹੋਏ ਪੈਸਾ ਲਾਉਣ ਵਾਲੇ ਫਿਰ ਹੋਰ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਜੁੜੀਆਂ ਹੋਈਆਂ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਠੀਕ ਹੈ ਜੀ ਲਾਈਵ ਜਦੋਂ ਮੈਂ ਗਾਣਾ ਯੂਨੀਵਰਸਿਟੀ ਦੇ ਵਿੱਚ ਗਾਇਆ ਠੀਕ ਹੈ ਇੰਟਰ ਯੂਨੀਵਰਸਿਟੀ ਜਿੱਤੇ ਪਟਿਆਲਾ ਯੂਨੀਵਰਸਿਟੀ ਜੀਟੀਬੀ ਹਾਲ ਹੈ ਉਹਦਾ ਮੇਰੇ ਖਿਆਲ ਚ ਉੱਥੇ ਹਜ਼ਾਰਾਂ ਦੀ ਤਦਾਰਦ ਚ ਲੋਕ ਬੈੰਦੇ ਆ ਤਾਂ ਬਹੁਤ ਔਖਾ ਹੁੰਦਾ ਜਦੋਂ ਹਜ਼ਾਰ ਬੰਦਾ ਇਦਾਂ ਤੁਸੀਂ ਤਾਂ ਨੂੰ ਦੇਖ ਜਦੋਂ ਥੀਏਟਰ ਹੁੰਦਾ ਨਾ ਬਿਲਕੁਲ ਨੀਚੇ ਬਣੀ ਆਪ ਦੇ ਆਪ ਚ ਬਹੁਤ ਵੱਡੀ ਪ੍ਰਾਪਤੀ ਦੀ ਹਜ਼ਾਰ ਬੰਦਾ ਸਿਟੀ ਮਾਰ ਲਿਆ ਕੋਈ ਇਸ ਕਰ ਰਿਹਾ ਔਰ ਉਹ ਚ ਡਰ ਹੁੰਦਾ ਕਿ ਕੁਝ ਕਹਿ ਨਾ ਦੇਵੇ ਹਾਂ ਬੜ ਜਦੋਂ ਤੁਹਾਡੀ ਪਰਫਾਰਮੈਂਸ ਤੁਸੀਂ ਖੁੱਲ ਕੇ ਕਰਦੇ ਹੋ ਪਿਆਰ ਮਿਲਦਾ ਮੈਂ ਯੂਨੀਵਰਸਿਟੀ ਦੇ ਵਿੱਚ ਹੀਰ ਗਈ ਸੀ ਔਰ ਵਾਰਸ਼ਾ ਹੀਰ ਗਈ ਸੀ ਇੱਕ ਲੇਡੀਜ਼ ਪਿੱਛੋਂ ਦੀ ਆ ਕੇ ਰੋ ਰਹੀ ਸੀ ਉਹਨਾਂ ਨੇ ਆ ਕੇ ਮੈਨੂੰ ਜੱਫੀ ਪਾਈ ਜੀ ਜੀ ਉਹ ਮੈਂ ਉਹਨੂੰ ਕਿਵੇਂ ਕਹਦਾ ਕਿ ਮੈਂ ਕਾਮਯਾਬ ਨਹੀਂ ਹਾਂ ਮੈਂ ਵਾਇਰਲ ਨਹੀਂ ਗਾ ਬਿਲਕੁਲ ਵਾਇਰਲ ਮੈਨੂੰ ਹੋ ਜਾਂਦਾ ਓਕੇ ਬਟ ਮੈਂ ਵਾਇਰਲ ਨਹੀਂ ਹੋ ਪਾਇਆਗਾ ਓਕੇ ਔਰ ਉਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਉਹਦੇ ਪਿੱਛੇ ਹੀ ਕਾਰਨ ਹੈ ਕਿ ਮੈਂ ਜੋ ਮੂੰਹ ਤੇ ਹੁੰਦਾ ਮੈਂ ਉਹ ਕਹਿ ਦਿੰਦਾ ਜਾਂ ਕਈ ਜਦੋਂ ਮੈਂ ਕਹਤਾ ਕਿ ਅੱਜ ਮੈਂ ਇਦਾਂ ਹੀ ਆ ਗਿਆ ਉੱਠ ਕੇ ਕੀ ਲੱਗਦਾ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਕਹਿ ਦਿੰਦੇ ਨੇ ਕਿ ਸੋਸ਼ਲ ਬਾਜ਼ੀਆਂ ਜ਼ਿਆਦਾ ਹੋ ਗਈਆਂ ਸੋਸ਼ਲ ਬਾਜ਼ੀਆਂ ਮੈਂ ਕੰਪਰੋ ਨਹੀਂ ਜ਼ਿਆਦਾ ਕਰਦਾ ਕਿ ਮਤਲਬ ਜੇ ਮੈਨੂੰ ਕੋਈ ਪਸੰਦ ਹੀ ਨਹੀਂ ਆਈ ਚੀਜ਼ ਹਨਾ ਹੁਣ ਠੀਕ ਆ ਮੈਂ ਗਾਇਆ ਸੀਗਾ ਉੱਠਦਾ ਸਵੇਰੇ ਮਿਸ ਕਲ ਠੀਕ ਸੀ ਮੈਨੂੰ ਵਧੀਆ ਲੱਗਿਆ ਸੀਗਾ ਨਾ ਮੈਂ ਕਰ ਲਿਆ ਸੀ ਬਟ ਮੇਰਾ ਟੇਸਟ ਇਦਾਂ ਦਾ ਹੁੰਦਾ ਜਿੱਦਾਂ ਦੇ ਮੈਂ ਮੋਸਟਲੀ ਤੁਹਾਨੂੰ ਸੁਣਾਇਆ ਕਰਨੀ ਬਿਲਕੁਲ ਜੀ ਜੀ ਔਰ ਪਸੰਦ ਵੀ ਲੋਕ ਇਦਾਂ ਦੇ ਮੇਰੇ ਗਾਣੇ ਕਰਦੇ ਆ ਜੇ ਚਾਹੇ ਮੈਨੂੰ ਉਸ ਸਾਹਿਬ ਦਾ ਗਾਵਾ ਕਿਸੇ ਦਾ ਵੀ ਗਾਦਾ ਕੋਈ ਆਪ ਦੀ ਕੰਪੋਜ਼ ਮੈਨੂੰ ਮਿਲੂਗੀ ਮੈਂ ਗਾਉਂਗਾ ਬਿਲਕੁਲ ਬਿਲਕੁਲ ਤੇ ਤੁਹਾਡੇ ਇੱਕ ਖਾਸ ਦੋਸਤ ਨੇ ਨਾ ਸਾਨੂੰ ਤੁਹਾਡੇ ਬੜੇ ਦਿਲਚਸਪ ਕਿਸੇ ਦੱਸਿਆ ਤੇ ਉਹ ਕਿਸੇ ਅੱਜ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੀ ਜਿੱਦਾਂ ਤੁਸੀਂ ਕਿਹਾ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਬਹੁਤ ਗਾਇਆ ਹੈ ਹਨਾ ਤੇ ਮੈਂ ਸੁਣਿਆ ਤੁਸੀਂ ਅਫਸਾਨਾ ਖਾਨ ਨੂੰ ਵੀ ਹਰਾਇਆ ਹੈ ਨਹੀਂ ਚਲੋ ਹਰਾਏ ਵਾਲੀ ਗੱਲ ਤਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਬਹੁਤ ਵੱਡੇ ਆਰਟਿਸਟ ਹੈ ਉਹ ਹੁਣ ਅੱਜ ਦੇ ਸਮਝੋ ਉਹ ਸੀ ਕਿ ਅਫਸਾਨਾ ਖਾਨ ਜੀ ਮੇਰੇ ਨਾਲ ਬੈਠੇ ਹੋਏ ਆ ਔਰ ਹੀ ਜਿਹੜੀ ਹੀਰ ਦੀ ਮੈਂ ਗੱਲ ਕਰ ਰਿਹਾ ਆ ਅ ਇੰਟਰ ਯੂਨੀਵਰਸਿਟੀ ਦਾ ਕੰਪੀਟੀਸ਼ਨ ਸੀ ਮੇਬੀ ਤੇ ਉੱਥੇ ਅਨਾਉਂਸਮੈਂਟ ਹੋ ਰਹੀ ਆ ਕਿ ਉੱਥੇ ਇਦਾਂ ਬੋਲਦੇ ਆ ਕਿ ਬਠਿੰਡਾ ਉਹ ਵੀ ਬਠਿੰਡਾ ਤੋਂ ਕੰਪੀਟ ਕਰ ਰਿਹਾ ਸੀ ਮੇਬੀ ਅਰਜੰਦਰਾ ਕਿ ਪਤਾ ਨਹੀਂ ਕਿਸ ਕਾਲਜ ਵੱਲੋਂ ਮੈਂ ਬਾਬਾ ਫਰੀਦ ਕਾਲਜ ਵੱਲੋਂ ਪਰਫਾਰਮ ਕਰ ਰਿਹਾ ਸੀ ਤੇ ਉਹ ਇਦਾਂ ਬੋਲਦੇ ਆ ਕਿ ਬਠਿੰਡਾ A ਬਠਿੰਡਾ B ਓਕੇ ਕਿ ਬਠਿੰਡਾ A ਮੇਰੀ ਟੀਮ ਜਿੱਦਾਂ ਸਪੋਜ਼ ਕਰੋ ਬਠਿੰਡਾ A ਮੈਂ ਔਰ ਅਫਸਾਨਾ ਖਾਨ ਜੀ ਵੀ ਬਠਿੰਡਾ ਵੀ ਔਰ ਉਹਨਾਂ ਨੇ ਬੋਲਿਆ ਪਸਾਨਾ ਖਾਨ ਜੀ ਬੈਠੇ ਉਹ ਕਹਿ ਰਹੇ ਕਿ ਆਇਆ ਨਹੀਂ ਕੁਝ ਮੇਰਾ ਉਹ ਕਹਿ ਰਹੇ ਕਿ ਮੈਂ ਤਾਂ ਆਈ ਸੈਕਿੰਡ ਕੀ ਪਤਾ ਥਰਡ ਸੈਕਿੰਡ ਆਈ ਹਾਂ ਓਕੇ ਤੇ ਮੈਂ ਕਿਹਾ ਯਾਰ ਮੇਰਾ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਿ ਮੈਂ ਇੱਡਾ ਮਾੜਾ ਨਹੀਂ ਗਾਇਆ ਸੀਗਾ ਕਿ ਰਿਸਪੌਂਸ ਦੱਸ ਰਿਹਾ ਸੀ ਹੂੰ ਔਰ ਜਦੋਂ ਉਹਨਾਂ ਨੇ ਬੋਲਿਆ ਕਿ ਬਠਿੰਡਾ ਏ ਓਕੇ ਔਰ ਮੈਂ ਬੈਠਾ ਹਾਂ ਔਰ ਮਾਨ ਸਾਹਿਬ ਕਹਿੰਦੇ ਕਿ ਤੂੰ ਫਸਟ ਆਇਆ ਤੂੰ ਫਸਟ ਟਾਈਮ ਹੈ ਮੈਂ ਬੈਠਾ ਹਾਂ ਇਹਦਾ ਮੈਨੂੰ ਪਤਾ ਹੀ ਨਹੀਂ ਮੈਂ ਕਹਿ ਰਿਹਾ ਫਸਟ ਟਾਈਮ ਹੈ ਓਕੇ ਕਿੰਦਾ ਤੂੰ ਫਸਟ ਆਇਆ ਉਹ ਪਸਾਨਾ ਵੀ ਬੈਠੇ ਕਹਿੰਦੇ ਤੂੰ ਫਸ ਇੱਕ ਜੀ ਨਹੀਂ ਸੋ ਕਿ ਮੈਨੂੰ ਇਹ ਲੱਗਿਆ ਕਿ ਅਪਸਾਨਾ ਜੀ ਕਹਿ ਰਹੇ ਕਿ ਜੇ ਇਹ ਸੈਕੰਡ ਆਏ ਅਪਸਾਨਾ ਖਾਨ ਸੈਕੰਡ ਆਏ ਏਡਾ ਵਧੀਆ ਗਾਉਣ ਵਾਲੇ ਉਹ ਸੈਕੰਡ ਆਏ ਤਾਂ ਮੈਂ ਫਸਦੀ ਕਿੱਦਾਂ ਆ ਸਕਦਾ ਹੁੰਦਾ ਆਪਣੇ ਮਾਈਂਡ ਤੋਂ ਬਟੂ ਪਰਫਾਰਮੈਂਸ ਏਡੀ ਵਧੀਆ ਸੀ ਕਿ ਜਦੋਂ ਉਹਨਾਂ ਨੇ ਬੋਲਿਆ ਕਿ ਨਾ ਸੁਣ ਪਨ ਪਤਾ ਨਹੀਂ ਲੱਗਿਆ ਕਿ ਬਠਿੰਡਾ ਏ ਮੈਂ ਬੈਠਾ ਕਿ ਨਹੀਂ ਨਹੀਂ ਮੇਰਾ ਤਾਂ ਨਹੀਂ ਮੇਰਾ ਤਾਂ ਹੋ ਹੀ ਨਹੀਂ ਸਕਦਾ ਕਿ ਅਪਸਾਨਾ ਨੂੰ ਹੀ ਕਹਿ ਰਹੇ ਆ ਔਰ ਉਹ ਤੋਂ ਪਤਾ ਲੱਗਿਆ ਕਿ ਮੈਂ ਫਸ ਸੀਗਾ ਉਹਨੂੰ ਓਕੇ ਹਾਂਜੀ ਉਹ ਕੋਈ ਹਰਾਉਣ ਵਾਲੀ ਗੱਲ ਨਹੀਂ ਚਲੋ ਉਹ ਤਾਂ ਬਹੁਤ ਅੱਛਾ ਆਰਟਿਸਟ ਐ ਬਾਗਮਾਲ ਆਰਟਿਸਟ ਨੇ ਬਿਲਕੁਲ ਕੁਦਰ ਬਮਾਰਾ ਉਹਦੇ ਦਿਨ ਸੀ ਮੇਰਾ ਅੱਛਾ ਬਹੁਤ ਵਧੀਆ ਗਿਆ ਗਿਆ ਵਧੀਆ ਗਿਆ ਗਿਆ ਪ੍ਰਾਈਜ਼ ਲੈ ਆ ਮੈਂ ਤੇ ਇੱਕ ਅਸੀਂ ਇਹ ਵੀ ਸੁਣਿਆ ਸੀਗਾ ਕਿ ਤੁਸੀਂ ਬਸ ਤੇ ਵਿੱਚ ਸੀਟ ਤੇ ਪਿੱਛੇ ਕਿਸੇ ਕੁੜੀ ਦੇ ਨਾਲ ਲੜੇ ਸੀ ਨਹੀਂ ਨਹੀਂ ਐਕਚੁਅਲੀ ਉਹ ਲੜਿਆ ਨਹੀਂ ਸੀ ਜੀ ਮੈਂ ਉਹ ਵਾਕਿਆ ਇਦਾਂ ਸੀ ਕਿ ਹੁੰਦਾ ਹੈ ਕਿ ਆਪਾਂ ਨੂੰ ਬਚਪਨਾ ਹੁੰਦਾ ਹੈ ਹਨਾ ਕਿ ਹੂੰ ਕੋਈ ਰੱਖਦਾ ਬਸ ਜਗ੍ਹਾ ਨਹੀਂ ਹੁੰਦੀ ਕਿ ਸੀਟ ਤੇ ਬੈਗ ਰੱਖਦਾ ਇਦਾਂ ਰੱਖਦਾ ਹੂੰ ਤੇ ਮੈਂ ਮਤਲਬ ਮੈਂ ਇਦਾਂ ਬੈਠਾ ਹੋਇਆ ਸੀ ਉੱਠ ਕੇ ਮੈਂ ਥੋੜਾ ਜਿਹਾ ਸਾਈਡ ਤੇ ਗਿਆ ਹਾਂ ਉਹਨਾਂ ਨੇ ਬੈਗ ਰੱਖਤਾ ਆਬ ਦਾ ਓਕੇ ਮਾਂ ਉਹਨਾਂ ਨੇ ਕਹਿੰਦੇ ਮੈਂ ਕਿਹਾ ਮੈਂ ਬੈਠਾ ਹੀ ਹੋਇਆ ਜਦੋਂ ਤੁਸੀਂ ਬੈਗ ਕਿਉਂ ਆਬ ਦਾ ਰੱਖਤਾ ਉਹ ਕਹਿੰਦੇ ਸ ਮੈਂ ਬੈਗ ਰੱਖਿਆ ਤਾਂ ਮੈਂ ਉਹਨਾਂ ਨੇ ਕਹਿੰਦੇ ਮੈਂ ਕਿਹਾ ਜੇ ਤੁਸੀਂ ਕੱਲ ਨੂੰ ਅਖਬਾਰ ਮੇਰੇ ਘਰੇ ਸਿੱਟ ਜੇਂਗੇ ਤਾਂ ਘਰ ਥੋੜੇ ਥੋੜਾ ਹੋ ਜਾਊਗਾ ਵੀ ਮੈਂ ਅਖਬਾਰ ਸਿੱਟਗੀ ਘਰ ਮੇਰੇ ਤੇ ਬੈਗ ਸੈਟ ਤਾਂ ਮੈਂ ਕਿਹਾ ਸੀਟ ਤੇ ਤਾਂ ਮੈਂ ਹੀ ਬੈਠਾ ਹੋਇਆ ਆ ਤੁਹਾਡੇ ਨਾਲ ਸਾਹਮਣੇ ਬੈਠਾ ਹੋਇਆ ਉਹ ਥੋੜਾ ਜਿਹਾ ਇਦਾਂ ਚੱਲਦਾ ਰਹਿੰਦਾ ਵੈਸੇ ਮੈਂ ਲੜਦਾ ਨਹੀਂ ਕੁੜੀਆਂ ਨਾਲ ਇਦਾਂ ਓਕੇ ਤੇ ਉਹ ਉਸ ਤੋਂ ਬਾਅਦ ਵੀ ਹੁਣ ਵੀ ਕਦੇ ਇਦਾਂ ਦਾ ਕੋਈ ਵਾਕਿਆ ਹੋਇਆ ਨਹੀਂ ਨਹੀਂ ਇਦਾਂ ਦਾ ਉਹ ਬਚਪਨਾ ਸੀ ਅੰਦਰਲੀਆਂ ਗੱਲਾਂ ਜਿਹੜੀਆਂ ਮੇਰੀਆਂ ਦਸੀਆਂ ਬਿਲਕੁਲ ਤੇ ਸਾਨੂੰ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਤੁਹਾਡਾ ਜਿਹੜਾ ਸੈਂਸ ਆਫ ਹਿਊਮਰ ਹੈ ਉਹ ਵੀ ਬਹੁਤ ਵਧੀਆ ਹੈ ਫਿਰ ਕੋਈ ਗੱਲ ਜਾਂ ਕੋਈ ਚਟਕਲਾ ਤਾਂ ਸਰਵਰ ਹੋਣਾ ਚਾਹੀਦਾ ਨਹੀਂ ਚਟਕਲਾ ਤਾਂ ਨਹੀਂ ਮੈਨੂੰ ਇਦਾਂ ਹੁੰਦਾ ਉਹ ਤਾਂ ਮੌਕੇ ਦੀ ਗੱਲ ਹੁੰਦੀ ਹੈ ਨਾ ਮੌਕੇ ਦੀ ਉਹੀ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਮੌਕੇ ਤੇ ਬਾਹਰ ਚੀਜ਼ਾਂ ਜਿਹੜੀਆਂ ਹਾਂ ਉਹ ਕਰਦੇ ਨੇ ਮੌਕੇ ਤੋਂ ਤੇ ਜਦੋਂ ਸਮਾਂ ਬੰਦ ਆਉਂਦਾ ਉਦੋਂ ਦਾ ਕੋਈ ਪੰਚ ਵਜ ਜਾਂਦਾ ਹੈਗਾ ਨਾਲ ਦੀ ਨਾਲ ਅੱਛਾ ਮਤਲਬ ਹੁਣ ਕੁਝ ਵੀ ਦਿਮਾਗ ਚ ਨਹੀਂ ਆਉਂਦਾ ਨਹੀਂ ਫਿਰ ਹਾਲ ਇਦਾਂ ਤੁਨੀ ਕੋਈ ਕਿਉਂਕਿ ਮੈਂ ਕਮੇਡੀਅਨ ਨਹੀਂ ਹਨਾ ਹੂੰ ਇਹ ਹੈ ਕਿ ਜਦੋਂ ਮ ਔਰ ਹੁਣ ਵੀ ਚਾਹੀਦਾ ਯਾ ਕਿਉਂਕਿ ਔਰ ਬੁਰਾ ਵੀ ਨਾ ਲੱਗੇ ਕਿਸੇ ਨੂੰ ਬਿਲਕੁਲ ਔਰ ਤੁਸੀਂ ਇੱਕ ਬਹੁਤ ਵਧੀਆ ਕਲਾਕਾਰ ਹੋ ਹਨ ਜਿੱਦ ਤੱਕ ਤੁਸੀਂ ਕਿਹਾ ਕਿ ਤੁਸੀਂ ਥੀਏਟਰ ਦੇ ਨਾਲ ਵੀ ਜੁੜੇ ਰਹੇ ਹੋ ਹਨ ਸੋ ਫਿਲਮਾਂ ਦੇ ਵਿੱਚ ਫਿਰ ਕੰਮ ਕਿਉਂ ਨਹੀਂ ਕੀਤਾ ਕਿਤੇ ਕੋਈ ਫਿਲਮ ਆਫਰ ਨਹੀਂ ਹੋਈ ਜਾਂ ਤੁਹਾਨੂੰ ਲੱਗੇ ਕਿ ਨਹੀਂ ਮੈਂ ਇਦਾਂ ਦਾ ਕੁਝ ਕਰਨਾ ਚਾਹਨਾ ਹੈ ਜਾਂ ਅਲੱਗ ਕਰਨਾ ਹੈ ਮੈਂ ਨਹੀਂ ਇਹ ਉਹੀ ਗੱਲ ਆ ਜਾਂਦੀ ਐ ਨੇ ਜੇ ਫਿਲਮਾਂ ਦੇ ਫਿਲਮਾਂ ਦੇ ਵਿੱਚ ਵੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਦਾਂ ਕਿ ਜੇ ਤੁਸੀਂ ਕਾਮਯਾਬ ਹੋ ਪਹਿਲਾਂ ਤੁਸੀਂ ਐਜ਼ ਅ ਸਿੰਗਰ ਚੱਲੇ ਹੋ ਜੇ ਤੁਸੀਂ ਸਿੰਗਰ ਚੱਲੇ ਹੋ ਤਾਂ ਤੁਸੀਂ ਫਿਰ ਤੁਹਾਨੂੰ ਕੋਈ ਨਹੀਂ ਪੁੱਛਦਾ ਤੁਹਾਨੂੰ ਐਕਟਿੰਗ ਆਉਂਦੀ ਏ ਕਿ ਨਹੀਂ ਆਉਂਦੀ ਹਾਲਾਂਕਿ ਮੇਰੇ ਨਾਲ ਜੋ ਮਿੰਟੂ ਕਾਪਾ ਜੀ ਬੜੇ ਬੜੀ ਹੈ ਹਨਾ ਹੋਰ ਕਈ ਕਈ ਆਰਟਿਸਟ ਹੈ ਜਿਹੜਾ ਅੱਜ ਕੱਲ ਕਾਮਯਾਬ ਬੋਲੀ ਹੋ ਗਿਆ ਹਮ ਨਿੰਝੇ ਹੋ ਰਹੇ ਸੀਗੇ ਇਹਨਾਂ ਨਾਲ ਮੈਂ ਗੁਰਨਾਮ ਪੁੱਲਰ ਮਤਲਬ ਸਾਰੇ ਉਸੇ ਦੌਰ ਦੇ ਮੇਰੇ ਰਹਿ ਜਾ ਠੀਕ ਹੈ ਔਰ ਮੈਨੂੰ ਕੋਈ ਕਹਿ ਦਿੰਦੇ ਕਿ ਯਾਰ ਇਹ ਦੇਖ ਕਿੱਥੇ ਪਾਉਂਦੀ ਮੈਨੂੰ ਇਹ ਹੁੰਦਾ ਕਿ ਮੈਨੂੰ ਰਿਗਰੈਕਟ ਨਹੀਂ ਆ ਮੈਨੂੰ ਪਤਾ ਮੇਰਾ ਮੈਂ ਘੋੜੇ ਦੀ ਹੌਲੀ 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 ਕੱਛੂ ਵਾਲੀ ਚਾਹ ਚੱਲਦਾ ਕੋਟੇ ਨਹੀਂ ਕਿ ਜੋ ਪੱਜਾ ਤਾਂ ਰੱਬ ਜਾਣਦਾ ਕਦੋਂ ਪੱਜਾਂਗੇ ਬਟ ਮੈਨੂੰ ਇਹ ਹੁੰਦਾ ਕਿ ਜਦੋਂ ਮੈਂ ਗਾਉਣਾ ਉਦੋਂ ਮੈਨੂੰ ਲੋਕ ਪਸੰਦ ਕਰਦੇ ਆ অসੰਤ ਕਰਦੇ ਆ ਉਹੀ ਵੱਡੀ ਮੇਰੇ ਲਈ ਪ੍ਰਾਪਤੀ ਹੈਗੀ ਹੈ ਬਿਲਕੁਲ ਤੇ ਉਹ ਮਾਇਨੇ ਨਹੀਂ ਰੱਖਦਾ ਕਿ ਮੈਂ ਚੱਲਿਆ ਜਾਂ ਨਹੀਂ ਚੱਲਿਆ ਹਾਂ ਥੀਏਟਰ ਦੇ ਨਾਲ ਮੈਂ ਫਿਲਮਾਂ ਦੇ ਵਿੱਚ ਵੀ ਫਿਰ ਉਹੀ ਕੰਮ ਆ ਗਿਆ ਫਿਲਮਾਂ ਦੇ ਵਿੱਚ ਜੇ ਤੁਸੀਂ ਐਜ਼ ਅ ਕਾਮਯਾਬ ਹੋ ਤਾਂ ਤੁਸੀਂ ਫਿਲਮਾਂ 'ਚ ਵੀ ਕਾਮਯਾਬ ਹੋ ਫਿਰ ਬਿਲਕੁਲ ਫਿਰ ਤੁਹਾਨੂੰ ਪੱਜ ਕੇ ਲੈ ਲੈਣ ਨੂੰ ਪੁੱਛਣਾ ਵੀ ਨਹੀਂ ਐਕਟਿੰਗ ਆਉਂਦੀ ਹੈ ਕਿ ਨਹੀਂ ਬਿਲਕੁਲ ਪਰ ਮੈਨੂੰ ਲੱਗਦਾ ਹੈ ਕਿ ਇੱਕ ਆਰਟਿਸਟ ਦੇ ਵਜ੍ਹਾ ਜਿਹੜੀ ਕਲਾ ਹੈ ਉਹ ਹੋਣੀ ਜ਼ਰੂਰੀ ਹੈ ਨਾ ਕਿ ਇਹ ਹੋਣਾ ਚਾਹੀਦਾ ਹੈ ਕਿ ਠੀਕ ਹੈ ਜੇ ਤੁਹਾਡੇ ਸਿੰਗਿੰਗ ਦੇ ਵਿੱਚ ਤੁਸੀਂ ਚੱਲੇ ਹੋਏ ਹੋ ਤਾਂ ਤੁਸੀਂ ਫਿਲਮਾਂ ਦੇ ਵਿੱਚ ਵੀ ਆ ਸਕਦੇ ਹੋ ਅੱਜ ਕੱਲ ਤੁਸੀਂ ਦੇਖੋ ਕੌਣ ਚੱਲ ਰਿਹਾ ਰਣਜੀਤ ਬਾਵਾ ਜਾਂ ਜੋ ਲਾਈਵ ਸ਼ੋਅ ਲਾ ਰਿਹਾ ਮੈਨੂੰ ਕਦੇ ਮਾਰ ਨਹੀਂ ਪੈਂਦੀ ਸਰਤਾਜ ਭਾਜੀ ਹੈ ਉਹਨਾਂ ਨੂੰ ਕਦੇ ਨਹੀਂ ਮੈਂ ਮੈਨੂੰ ਨਹੀਂ ਉਹਨਾਂ ਦਾ ਗਾਣਾ ਬੇਸ਼ੱਕ ਘਟ ਆਵੇ ਕੋਈ ਬਟ ਉਹਨਾਂ ਨੇ ਲਾਈਵ ਸ਼ੋਅ ਦੇਖੋ ਤੁਸੀਂ ਲੋਕ ਪਿਆਰ ਕਰਦੇ ਹਨ ਉਹਨਾਂ ਨੂੰ ਬਿਲਕੁਲ ਸਟੈਂਡਿੰਗ ਓਵਿਸ਼ਨਸ ਮਿਲਦੀਆਂ ਛੋਟੀ ਗੱਲ ਨਹੀਂ ਹੁੰਦੀ ਖੜੇ ਹੋ ਕੇ ਤਾੜੀਆਂ ਮਾਰਨੀਆਂ ਔਰ ਇਹ ਆਪ ਦੇ ਆਪ ਚ ਬਹੁਤ ਵੱਡੀ ਕਾਮਯਾਬੀ ਹੁੰਦੀ ਹੈ ਹਾਂ ਸਕਰੀਨ ਦੇ ਉੱਤੇ ਨਹੀਂ ਕਈ ਵਾਰੀ ਅਸੀਂ ਅੱਗੇ ਖਾਪ ਆਉਂਦੇ ਚਲੋ ਖਰੋ ਨੀ ਉਹ ਵੀ ਟਾਈਮ ਆ ਜਾਊਗਾ ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਹੈਪੀ ਰਾਈ ਕੋਟੀ ਦੇ ਨਾਲ ਗੀਤ ਆਇਆ ਹੈ ਹਾਂ ਉਸ ਗੀਤ ਬਾਰੇ ਮੈਂ ਚਾਹਾਂਗੀ ਜ਼ਰੂਰ ਦੱਸੋ ਸਾਨੂੰ ਬਹੁਤ ਦੋ ਸ਼ਬਦ ਜੀ ਜ਼ਰੂਰ ਹੂੰ ਤੇਰੀ ਅੱਖੀਆਂ ਵਾਲਾ ਸੁਰਮਣੀ ਮੇਰੀ ਯਾਦ ਚ ਰੋ ਰੋ ਖੁਰਨਾਨੀ ਅੱਖੀਆਂ ਵਾਲਾ ਸੁਰਮਣੀ ਮੇਰੀ ਯਾਦ ਚ ਰੋ ਰੋ ਖੁਰਨਾਨੀ ਤੂੰ ਫੋਨ ਕਰੇਂਗੀ ਮੈਂ ਚੱਕਣਾ ਨਹੀਂਓ ਨਵਾਂ 8 10ਵੀਂ ਤੈਨੂੰ ਦੱਸਣਾ ਨਹੀਂਓ ਤੈਨੂੰ ਲੱਗੂਗਾ ਤੇਰੇ ਨਾਲ ਹੀ ਹਾਂ ਪਰ ਨਾਲ ਤੇਰੇ ਮੈਂ ਤੁਰਨਾਨੀ ਅੱਖੀਆਂ ਵਾਲਾ ਸੁਰਮਾਨੀ ਮੇਰੀ ਯਾਦ ਚ ਰੋ ਰੋ ਖੁਰਨਾ ਨੀ ਅੱਖੀਆਂ ਵਾਲਾ ਸੁਰਮਾਨੀ ਮੇਰੀ ਯਾਦ ਚ ਰੋ ਰੋ ਖੁਰਨਾ ਨੀ ਵਾਜੀ ਵਾ ਬਹੁਤ ਸੋਣਾ ਗੀਤ ਲੱਗਿਆ ਹਨਾ ਸੋ ਇੱਕ ਥੋੜਾ ਹੋਰ ਵੀ ਗੀਤ ਆਇਆ ਸੀਗਾ ਸ਼ੁਕਰ ਮਨਾਵਾ ਗੁਰਪ੍ਰੀਤ ਕੋ ਗੀ ਹੋ ਰਾਂ ਜੀ ਹਾਂ ਜੀ ਐਕਚੁਅਲੀ ਉਹ ਇੱਕ ਸੋਸ਼ਲ ਗਾਣਾ ਸੀ ਉਹ ਕਿਉਂਕਿ ਤੁਸੀਂ ਕੰਪਨੀ ਨਾਲ ਕਿਸੇ ਨਾਲ ਜੁੜੇ ਹੋਣੇ ਹੋ ਹਨਾ ਔਰ ਉਹਨਾਂ ਨੇ ਅਪਰੋਚ ਕੀਤੀ ਸੀ ਕਿ ਉਹਨਾਂ ਕੋਗੀ ਨੂੰ ਲੈ ਕੇ ਆਉਣਾ ਹੈ ਔਰ ਉਹਨਾਂ ਨੇ ਟਾਈਪ ਕੀਤਾ ਸੀ ਮੈਨੂੰ ਨਹੀਂ ਪਤਾ ਕਿਦਾਂ ਔਰ ਮੇਰੇ ਲਈ ਉਹ ਖੁਸ਼ਕਿਸਮਤੀ ਸੀ ਕਿ ਮੈਂ ਕਿਤੇ ਨਾ ਕਿਤੇ ਗੁਰਪ੍ਰੀਤ ਖੁੱਗੀ ਨਾਲ ਜਿਸੇ ਔਰ ਉਹਨਾਂ ਨੇ ਬੜਾ ਮਤਲਬ ਉਹਨਾਂ ਨੂੰ ਮੈਂ ਲਾਈਵ ਵੀ ਬੈਠ ਕੇ ਸੁਣਾਇਆ ਔਰ ਉਹ ਮੌਕਾ ਹੀ ਸੀ ਇੱਕ ਉਹ ਸੋਸ਼ਲ ਗਾਣਾ ਸੀ ਉਹ ਇਦਾਂ ਹੀ ਮਤਲਬ ਕਰਤਾ ਬਟ ਅਸੀਂ ਉਹਦੀ ਵੀਡੀਓ ਵੀ ਦੇਖੀ ਵੀਡੀਓ ਵੀ ਬਹੁਤ ਸੋਹਣੀ ਹਨਾ ਔਰ ਅੱਛਾ ਸੀਗਾ ਗਾਣਾ ਵੀ ਅੱਛਾ ਸੀ ਔਰ ਇੱਕ ਮੈਸੇਜ ਬੜਾ ਚੰਗਾ ਹੈ ਕਿਉਂਕਿ ਅੱਜ ਕੱਲ ਅਸੀਂ ਹਰ ਕੋਈ ਵੀ ਦੇਖਦੇ ਨੇ ਉਹ ਹੀ ਸੋਚਦੇ ਹਾਂ ਮੈਂ ਤੁਹਾਡੀ ਗੱਲ ਸੌਰੀ ਵਿੱਚ ਖੜਦਾ ਹਾਂ ਜੀ ਵੀਡੀਓ ਤਾਂ ਚਲੋ ਉਹ ਉਹਨਾਂ ਨੇ ਮੈਨੂੰ ਖੜਾ ਉਹਨਾਂ ਨੇ ਮਤਲਬ ਮੌਕੇ ਤੇ ਖੜੇ ਪੈਣ ਜਿਹਨੂੰ ਆਪਾਂ ਕਹਿੰਦੇ ਕਾਲੀ ਕਾਲੀ ਚ ਇਦਾਂ ক্রੋਮ ਦੇ ਉੱਤੇ ਔਰ ਕਰਕੇ ਉਹਨਾਂ ਨੇ ਮਤਲਬ ਬਣਾ ਦਿੱਤੀ ਹਨਾ ਕੋਗੀ ਭਾਜੀ ਆਏ ਹੋਏ ਸੀ ਛੇਤੀ ਛੇਤੀ ਉਹਨਾਂ ਨੇ ਕਿਉਂਕਿ ਉਹਨਾਂ ਕੋਲ ਟਾਈਮ ਉਹਨਾਂ ਕੋਲ ਹੀ ਹੁੰਦਾ ਹੈ ਉਹਨਾਂ ਨੇ ਛੇਤੀ ਛੇਤੀ ਕਰਕੇ ਕਿਉਂਕਿ ਸੋਸ਼ਲ ਗਾਣੇ ਵੀ ਨੀ ਆਪਾਂ ਧਿਆਨ ਵੀ ਦਿੰਦੇ ਜਿਹੜੇ ਚੈਰਿਟੀ ਵਾਲੇ ਗਾਣੇ ਹੁੰਦੇ ਜਾਂ ਇਦਾਂ ਉਹ ਕੁਝ ਕਾਈਂਡ ਆਫ ਇਦਾਂ ਦਾ ਗਾਣਾ ਸੀਗਾ ਉਹ ਕਰਕੇ ਉਹ ਛੇਤੀ ਛੇਤੀ ਫਿਰ ਉਹ ਬਟ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਬੈਣ ਦਾ ਉਹ ਬਹੁਤ ਵੱਡੀ ਗੱਲ ਸਮਝ। ਫਿਰ ਤੁਸੀਂ ਬਹੁਤ ਸ਼ੁਕਰ ਮਨਾਇਆ ਕਿ ਮੈਂ ਬਿਲਕੁਲ ਸ਼ੁਕਰ ਮਨਾਇਆ ਫਿਰ। ਔਰ ਕਿਤੇ ਨਾ ਕਿਤੇ ਚੰਗਾ ਵੀ ਲੱਗਦਾ ਹੈ ਹਨਾ ਕਿ ਕਾਰਟਿਸ ਦੇ ਨਾਲ ਜਦੋਂ ਅਸੀਂ ਕੰਮ ਕਰਦੇ ਆ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਹਾਂ ਸ਼ੁਰੂਆਤ ਹੀ ਤੁਸੀਂ ਤੁਹਾਨੂੰ ਗੁਰਪ੍ਰੀਤ ਕੋ ਗੀ ਨਾਲ ਬੈਣ ਦਾ ਮੌਕਾ ਮਿਲਜੇ ਬਹੁਤ ਵੱਡੀ ਗ ਸੋ ਜੀ ਜਸਪੁਰਨ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਕੀ ਕੁਝ ਲੈ ਕੇ ਆ ਰਹੇ ਹੋ ਦਰਸ਼ਕਾਂ ਦੇ ਲਈ ਅਪਕਮਿੰਗ ਪ੍ਰੋਜੈਕਟ ਬਾਰੇ ਹਜੇ ਕੁਝ ਦੱਸ ਨਹੀਂ ਸਕਦਾ ਕਿਉਂਕਿ ਹਨਾ ਆਰਟਿਸਟ ਹੁੰਦੇ ਇਦਾਂ ਹੀ ਕਹਿ ਜਾਂਦੇ ਕਿ ਜੀ ਮੇਰਾ ਆ ਆ ਰਿਹਾ ਜੀ ਮੇਰਾ ਉਹ ਆ ਰਿਹਾ ਬਟ ਮੈਂ ਕੋਸ਼ਿਸ਼ ਕਰ ਰਿਹਾ ਮੇਰਾ ਮੈਂ ਦੱਸਿਆ ਕਿ ਮੇਰਾ ਹੁਣ ਲਾਈਵ ਬੰਨੀ ਰੋਜ਼ਾਨਾ ਮੈਂ ਇੱਕ ਕੰਮ ਸ਼ੁਰੂ ਕਰਨ ਜਾ ਰਿਹਾ ਹਾਂ ਲਾਈਵ ਸ਼ੋਜ਼ ਜਿਆਦਾ ਮੈਂ ਆਰਗੇਨਾਈਜ਼ ਕਰਨ ਜਾ ਰਿਹਾ ਹਾਂ ਕਿਤੇ ਨਾ ਕਿਤੇ ਮਿਲ ਕੇ ਹਨਾ ਕਿਤੇ ਕਿ ਤੁਸੀਂ ਲਾਈਵ ਮਹਿਫਲਾਂ ਲਾਓ ਲੋਕਾਂ ਨੂੰ ਨਚਾਓ ਉੱਧਰ ਬੈਠ ਕੇ ਨਹੀਂ ਕਿਉਂਦਾ ਗਜ਼ਲ ਟਾਈਪ ਉਧਰ ਨਹੀਂ ਓਕੇ ਪੂਰਾ ਜਦੋਂ ਪਰਫਾਰਮ ਕਰਦੇ ਆ ਆਰਟਿਸਟ ਉਹਦਾ ਮਤਲਬ ਚਾਹੇ ਕਲੱਬ ਹੋਵੇ ਚਾਹੇ ਕਾਰਪੋਰੇਟ ਸ਼ੋ ਹੋਵੇ ਵਿਆਹ ਦਾ ਹੋਵੇ ਬਿਲਕੁਲ ਲਾਈਵ ਦੇ ਵਿੱਚ ਮੈਂ ਬਲੀਵ ਕਰਦਾ ਹਾਂ ਔਰ ਲਾਈਵ ਹੀ ਤੁਮਾਂ ਪਾਵਾਂਗੇ ਹੁਣ ਗਾਣੇ ਗੁਣੇ ਵਾਲਾ ਰਜ਼ਾਨ ਥੋੜਾ ਘਟਾਇਆ ਵਾ ਉਹ ਠੀਕ ਹੈ ਪਾਉਂਦਾ ਰੋ ਇੰਸਟਾਗ੍ਰਾਮ ਤੇ ਪਾਉਣਾ ਰਹਿਣਾ ਕਿ ਜਿੱਦਾਂ ਮੈਂ ਦੱਸਿਆ ਸਿੱਧੂ ਮੂਸੇਵਾਲੇ ਦਾ ਔਰ ਬੈਠੇ ਕੋਲਾਬੋਰੇਟ ਕਰਕੇ ਜਾਂ ਕੋਈ ਖਾਨ ਸਾਹਿਬ ਦੀ ਕੁਝ ਯਾਦ ਆ ਗਿਆ ਕੋਈ ਪੁਰਾਣਾ ਗਾਣਾ ਯਾਦ ਆ ਗਿਆ ਪਾਤਾ ਉਹ ਤਾਂ ਕਰਦੇ ਰਹਿੰਦੇ ਚਲੋ ਬਿਲਕੁਲ ਬਟ ਜਿੱਦਾਂ ਕੋਈ ਨਵਾਂ ਪ੍ਰੋਜੈਕਟ ਹੈ ਜੇ ਕੋਈ ਅੱਛਾ ਗ ਜੇ ਤਾਊਗਾ ਤਾਂ ਮੈਂ ਜ਼ਰੂਰ ਲੈ ਕੇ ਆਉਂਗਾ ਹਮੇ ਜੀ ਸਰ ਸੋ ਬਹੁਤ ਟਾਈਮ ਹੋ ਗਿਆ ਤੁਹਾਨੂੰ ਹਨਾ ਇਸ ਲਾਈਨ ਦੇ ਵਿੱਚ ਕੋਈ ਇੱਕ ਚੰਗਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਲੱਗੇ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਹੋਇਆ ਤੇ ਇੱਕ ਕੋਈ ਮਾੜਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਲੱਗੇ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਸੀ ਇਦਾਂ ਕਿਉਂ ਹੋਇਆ ਨਹੀਂ ਮਾੜਾ ਐਕਸਪੀਰੀਅੰਸ ਐਕਚੁਅਲੀ ਉਹੀ ਹੈ ਕਿ ਮਾੜਾ ਹਾਂ ਠੀਕ ਹੈ ਫਾਰ ਦਾ ਟਾਈਮ ਆਪਾਂ ਨੂੰ ਮਾੜਾ ਲੱਗਦਾ ਹੈ ਪਰ ਬਾਅਦ ਵਿੱਚ ਮੈਨੂੰ ਜਦੋਂ ਵੀ ਮੇਰੇ ਨਾਲ ਮਾੜਾ ਹੋਇਆ ਮਤਲਬ ਜਿਹਨੂੰ ਆਪਾਂ ਮਾੜਾ ਮੰਨ ਲੈਂਦੇ ਆ ਕਿ ਮਾੜਾ ਹੋ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਬਾਤ ਰਿਅਲਾਈਜ਼ ਹੋਇਆ ਕਿ ਚੰਗੇ ਲਈ ਹੋਇਆ ਮੇਰੇ ਵਾਸਤੇ ਉਹ ਬਿਲਕੁਲ ਇੱਕ ਵਾਰੀ ਫੋਰ ਦਾ ਟਾਈਮ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਬਣ ਬਣੀ ਨਹੀਂ ਗੱਲ ਗਾਣਾ ਆਇਆ ਨਹੀਂ ਯਾਰ ਵਿਊ ਨਹੀਂ ਹੋਏ ਆ ਨਹੀਂ ਹੋਇਆ ਚੱਲਿਆ ਨਹੀਂ ਮੇਰੀ ਪਛਾਣ ਕਿਉਂ ਨਹੀਂ ਮੰਨ ਲਈ ਜਾਂਦਾ ਹਨ ਰਿਗਰੈਕਟ ਹੁੰਦਾ ਬਟ ਮੈਨੂੰ ਇਹ ਹੌਲੀ ਹੌਲੀ ਰਿਅਲਾਈਜ਼ ਹੋਇਆ ਜਦੋਂ ਐਕਚੁਅਲ ਦੇ ਵਿੱਚ ਜਦੋਂ ਤੁਸੀਂ 뮤ਜ਼ਿਕ ਨਾਲ ਜੋੜਦੇ ਹੋ ਅੰਦਰੋਂ ਇੱਕ ਕਾਈਂਡ ਆਫ ਮੈਡੀਟੇਸ਼ਨ ਹੈ ਇੱਕ ਜਦੋਂ ਤੁਸੀਂ ਅੰਦਰ 뮤ਜ਼ਿਕ ਨਾਲ ਜੋੜਦੇ ਹੋ ਤੁਸੀਂ ਰਿਲੈਕਸ ਹੁੰਨੇ ਆਂ ਤੁਹਾਨੂੰ ਫਿਰ ਇਹ ਛੋਟੀਆਂ ਗੱਲਾਂ ਲੱਗਦੀਆਂ ਕਿ ਗਾਣਾ ਨਹੀਂ ਚੱਲਿਆ ਉਹ ਹੋ ਨਹੀਂ ਹੋਇਆ ਫਿਰ ਤੁਹਾਨੂੰ ਇਹ ਹੁੰਦਾ ਕਿ ਤੁਹਾਨੂੰ ਜਦੋਂ ਚਾਰ ਬੰਦਿਆਂ ਦੇ ਬੈਠ ਕੇ ਸੁਨਾਤਾ ਉਹਨਾਂ ਨੇ ਐਪਰੀਸ਼ੀਏਟ ਕਰਤਾ ਤਾਂ ਇਨਫ ਹੈ ਬਿਲਕੁਲ ਫਿਰ ਤੁਸੀਂ ਚੱਲੋ ਚਾਹੇ ਨਾ ਚੱਲੋ ਚੱਲ ਹੀ ਰਹੇ ਹੋ ਐਕਚੁਅਲ ਦੇ ਵਿੱਚ ਬਿਲਕੁਲ ਬਿਲਕੁਲ ਤੇ ਮਾੜਾ ਐਕਸਪੀਰੀਅੰਸ ਤਾਂ ਨਹੀਂ ਕੁਝ ਕਹਿ ਸਕਦੇ ਜਿੱਦਾਂ ਦੇ ਵੀ ਵਾਕਿਆ ਹੋਏ ਆ ਉਹਨਾਂ ਨੇ ਮੈਨੂੰ ਅੱਗੇ ਚੰਗੇ ਵਾਲੇ ਲੈ ਕੇ ਗਏ ਬਿਲਕੁਲ ਉਹ ਉਹੀ ਮੈਨੂੰ ਸਿੱਖਣ ਨੂੰ ਹੀ ਮਿਲੇ ਆਏ ਹਾਂ ਉਹ ਵੀ ਮੇਰੇ ਚੰਗੇ ਐਕਸਪੀਰੀਅੰਸ ਰਹੇ ਆ ਮਤਲਬ ਮਾੜੇ ਤੋਂ ਚੰਗੇ ਵੱਲੀ ਵੱਧ ਗਏ ਉਹ ਬਿਲਕੁਲ ਔਰ ਇਹ ਮੈਨੂੰ ਲੱਗਦਾ ਹੋਣਾ ਵੀ ਚਾਹੀਦਾ ਕਿਉਂਕਿ ਜਦੋਂ ਇੱਕ ਇਨਸਾਨ ਕਿਸੇ ਵੀ ਚੀਜ਼ ਤੋਂ ਸਿੱਖਣ ਲੱਗ ਜਾਂਦਾ ਹੈ ਨਾ ਕਹਿੰਦੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸਾਰੀ ਉਮਰ ਹੀ ਇਨਸਾਨ ਸਿੱਖਦਾ ਰਹਿੰਦਾ ਹੈ ਔਰ ਜਦੋਂ ਅਸੀਂ ਕਿਸੇ ਚੀਜ਼ ਨੂੰ ਪੋਜ਼ਿਟਿਵ ਵੇਚ ਲੈ ਜਾਨੇ ਕਿ ਨਹੀਂ ਜੇ ਸਾਡੇ ਨਾਲੇ ਮਾੜਾ ਵੀ ਹੋਇਆ ਤੇ ਸਾਡਾ ਮਾੜਾ ਨਹੀਂ ਇਹ ਸਾਡੇ ਕੁਝ ਚੰਗੇ ਹੋਣ ਵਾਸਤੇ ਹੋਇਆ ਹੈ ਤੇ ਫਿਰ ਜ਼ਿੰਦਗੀ ਦੀ ਕਹਿੰਦੇ ਨਾ ਕਿ ਸਕਸੈਸ ਦੀ ਜਿਹੜੀ ਪੌੜੀਆਂ ਹਨਾ ਇਨਸਾਨ ਚੜਦਾ ਹੈ ਫਿਰ ਉਹ ਹਾਂ ਬਿਲਕੁਲ ਹੁਣ ਮੈਨੂੰ ਲੱਗ ਰਿਹਾ ਕਿ ਸਕਸੈਸ ਦੂਰ ਨਹੀਂ ਹੈ ਹੁਣ ਬਿਲ ਕਿ ਬੈਕਅਪ ਕਰਾਂਗੇ ਦੁਬਾਰਾ ਹੂੰ ਬਿਲਕੁਲ ਗਾਣੇਵੰਦੀ ਵੀ ਆਵਾਂਗੇ ਹੁਣ ਜੀ ਤੇ ਜਿੱਦਾਂ ਤੁਸੀਂ ਦੱਸਿਆ ਸੀ ਕਿ ਤੁਸੀਂ ਜੋਬ ਵੀ ਕਰਦੇ ਹੋ ਫਿਰ ਦੋਨਾਂ ਚੀਜ਼ਾਂ ਨੂੰ ਮੈਨੇਜ ਕਿਤਾ ਕਰਦੇ ਹੋ ਬਸ ਉਹੀ ਆ ਉਹ ਮੈਨੇਜ ਕਰਨਾ ਪੈਂਦਾ ਜੀ ਜਿੱਦਾਂ ਆਪਾਂ ਇਹ ਹੁੰਦਾ ਹੀ ਹੈ ਕਿ ਆਪਾਂ ਨੂੰ ਹਨਾ ਜੋਬ ਦੇ ਨਾਲ ਜੋਬ ਆਪਦਾ ਕਰੀ ਜਾਇਦੀ ਹੈ ਜਦੋਂ ਟਾਈਮ ਮਿਲਦਾ ਬਸ ਮੇਰਾ ਹੁਣ ਉਹ ਦੋ ਹੀ ਕੰਮ ਹੈ ਹੁਣ ਜਿਆਦਾ ਜੋਬ ਕਰ ਲੈਣੇ ਆ ਜੋਬ ਤੋਂ ਜਦੋਂ ਫ੍ਰੀ ਹੁੰਨੇ ਆ ਤਾਂ ਇਧਰ 뮤직 ਨਾਲ ਜੁੜ ਜਾਣਾ ਹੁੰਦਾ ਜਾਂ ਕਿਤੇ ਨਾ ਕਿਤੇ ਮੈਂ ਆਪਦਾ ਲਾਈਵ ਸ਼ੋਅ ਬਾਰੇ ਜਾਂ ਉਹਦੇ ਬਾਰੇ ਕਰਦਾ ਰਹਿਨੇ ਹੈਗੇ ਮੈਂ ਬਿਲਕੁਲ ਔਰ ਗਾਣਿਆਂ ਨਾਲ ਵੀ ਗਾਣਿਆਂ ਦਾ ਵੀ ਮੈਂ ਲੱਭਦਾ ਰਹਿੰਨਾ ਕਿ ਕੋਈ ਅੱਛਾ ਰਾਈਟਰ ਮਿਲ ਜੇ ਕੋਈ ਅੱਛੀ ਕੰਪੋਜ਼ ਮਿਲ ਜੇ ਹਾਂ ਤਾਂ ਜਲਦੀ ਉਹ ਕੁਝ ਲੈ ਕੇ ਆਵਾਂਗੇ ਵਧੀਆ ਹੁਣ ਤੇ ਜਸਪੂਰਨ ਸਾਨੂੰ ਫਿਲਮਾਂ 'ਚ ਵੀ ਦੇਖਣ ਨੂੰ ਮਿਲਣਗੇ ਤੁਹਾਡੇ ਉਹ ਕਹਿੰਦੇ ਹੁੰਦੇ ਕਿ ਮੂੰਹ 'ਚ ਸ਼ੱਕਿਆ ਹੋ ਸ਼ੱਕਰ ਜੇ ਇਦਾਂ ਹੋ ਜੇ ਤਾਂ ਬਹੁਤ ਵਧੀਆ ਹੈ ਬਿਲਕੁਲ ਕਿਉਂਕਿ ਜਿੱਦਾਂ ਤੁਸੀਂ ਕਿਹਾ ਹਨਾ ਕਿ ਇੱਕ ਆਰਟਿਸਟ ਜਦੋਂ ਗਾਣੇ ਚੱਲਦੇ ਆ ਤੇ ਉਹਦੋਂ ਫਿਲਮਾਂ ਦੇ ਵਿੱਚ ਵੀ ਆ ਜਾਂਦੇ ਆ ਪਰ ਅਸੀਂ ਤਾਂ ਇਹੀ ਚਾਹੁੰਦੇ ਕਿ ਕਿ ਤੁਸੀਂ ਥੀਏਟਰ ਥੀਏਟਰ ਮੇਰਾ ਸ਼ੌਕ ਹੈ ਮੈਂ ਸੌਰੀ ਦੱਸਣਾ ਚਾਹੁੰ ਪਹਿਲਾਂ ਬੋਲ ਕੇ ਥੀਏਟਰ ਮੈਂ ਕੀਤਾ ਬਠਿੰਡਾ ਤੋਂ ਬਹੁਤ ਟੋਨੀ ਬਾਤ ਸੀ ਜੀ 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 ਜੋ ਸਾਡੇ ਵਿੱਚ ਨਹੀਂ ਅੱਜ ਹਮ ਅੱਜ ਦੇ ਟਾਈਮ 'ਚ ਜੀ ਤੇ ਉਹਨਾਂ ਤੋਂ ਮੈਂ ਬੜਾ ਕੁਝ ਸਿੱਖਿਆ ਉਹਨਾਂ ਨੇ ਮਤਲਬ ਪਤਾ ਨਹੀਂ ਕਿੱਡੇ ਕਿੱਡੇ ਦਿੱਗਜ ਕਲਾਕਾਰ ਬਣਾਏ ਆ ਬਿਲਕੁਲ ਤੇ ਚਲੋ ਨਾ ਤਾਂ ਨਹੀਂ ਮੈਨ ਲੈਣਾ ਹਨ ਵੀ ਆ ਤੇ ਆਓ ਫਿਰ ਔੜ ਲੱਗਦੀ ਹੈ ਗੱਲ ਬਿਲਕੁਲ ਬਹੁਤ ਉਹਨਾਂ ਨੇ ਇੰਡਸਟਰੀ ਦੇ ਵੱਡੇ ਬੰਦੇ ਥੀਏਟਰ ਦੇ ਵਿੱਚ ਉਹਨਾਂ ਨੇ ਪੇਸ਼ ਕੀਤੇ ਆ ਹਮਮ ਔਰ ਮੈਂ ਉਹਨਾਂ ਦਾ ਮਾਣ ਵਾਲੀ ਗੱਲ ਹੈ ਕਿ ਉਹਨਾਂ ਦਾ ਨਾ ਇੱਕ ਉਹ ਸੀਗਾ ਕਿ ਉਹ ਰੁੱਖੇ ਸੀ ਡਾਇਰੈਕਟਰ ਜਿਹੜੇ ਉਹ ਗਾਲ ਕੱਢ ਕੇ ਗੱਲ ਕਰਦੇ ਗੱਲ ਹੀ ਇਦਾਂ ਕਰਦੇ ਭੈ ਭੈ ਉਹਨਾਂ ਦੇ ਮੂੰਹ ਤੇ ਰਹਿੰਦਾ ਸੀ ਸੌਰੀ ਬਿਲਕੁਲ ਕਿਉਂਕਿ ਉਹਨਾਂ ਦੇ ਮੂੰਹ ਤੇ ਹੀ ਇਦਾਂ ਰਹਿੰਦਾ ਸੀ ਜਿਹਨੂੰ ਕਹਿੰਦੇ ਨਾ ਬਤ ਖੱਲਸ ਜਾਂ ਕੀ ਇੱਕ ਹੁੰਦਾ ਥੋੜਾ ਜੁੜਿਆ ਹੋਇਆ ਕਿ ਸ਼ਬਦਾਵਲੀ ਜੁੜੀ ਹੋਈ ਹਰ ਇੱਕ ਗੱਲ ਤੇ ਉਹਨਾਂ ਨੇ ਕਹਿਣੇ ਕਹਿਣਾ ਉਹਨਾਂ ਨੇ ਉਹਨਾਂ ਨੇ ਇੰਨਾ ਕੁ ਤਰਾਸ਼ਿਆ ਮੈਨੂੰ ਔਰ ਉਹ ਚੀਜ਼ ਮੇਰੇ ਕੰਮ ਆਊਗੀ ਬਿਲਕੁਲ ਔਰ ਥੀਏਟਰ ਦੇ ਵਿੱਚ ਵੀ ਮੈਂ ਹੁਣ ਉਹ ਮੌਕਾ ਇਦਾਂ ਉਹ ਦੱਸਿਆ ਨਾ ਕਿ ਮੌਕਾ ਇਦਾਂ ਨਹੀਂ ਮਿਲੂਗਾ ਜੇ ਹੁਣ ਸਕਸੈਸ ਹੌਲੀ-ਹੌਲੀ ਵਧੂਗੀ ਅੱਗੇ ਬਿਲਕੁਲ ਸਿੰਗਿੰਗ ਦੇ ਵਿੱਚ 뮤직 ਦੇ ਵਿੱਚ ਹੌਲੀ-ਹੌਲੀ ਵਧੂੰਗਾ ਤਾਂ ਦੇਖੋ ਜੇ ਜਿੱਦਾਂ ਕੋਈ ਗੀਤ ਨਾਲ ਮੌਕਾ ਮਿਲ ਗਿਆ ਉਹ ਅਚਾ ਹੈ ਜੀ ਮੈਂ ਤਾਂ ਕੋਈ ਸੋਚਿਆ ਵੀ ਨਹੀਂ ਸੀ ਮੈਂ ਤਾਂ ਬਿਲਕੁਲ ਤੇ ਇਦਾਂ ਹੀ ਰੱਬ ਸੁੱਖ ਰੱਖੇ ਤੁਹਾਡੀ ਜਵਾਨਸ ਲਖਣੀ ਹੋਵੇ ਔਰ ਮੈਨੂੰ ਅੱਗੇ ਤੱਕ ਲੈ ਕੇ ਜਾਵੇ ਬਿਲਕੁਲ ਸੋ ਜਸਪੁਰਮ ਦਿਲ ਤਾਂ ਬਹੁਤ ਕਰ ਰਿਹਾ ਕਿ ਹੋਰ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ ਪਰ ਸਮਾਂ ਛੜਾਇਆ ਹੋ ਇਜਾਜ਼ਤ ਨਹੀਂ ਰਹੀ ਰਿਹਾ ਸੋ ਜਨਤੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਸੇਜ ਤਾਂ ਮੈਂ ਤਾਂ ਕੀ ਦੇ ਸਕਦਾ ਨਹੀਂ ਦਰਸ਼ਕਾਂ ਨੂੰ ਇਹ ਹੀ ਕਹਿ ਸਕਦਾ ਕਿ ਠੀਕ ਹੈ ਆਪਦਾ ਅੱਛਾ 뮤직 ਸੁਣੋ ਹਮ ਤੇ ਜੋ ਨਵੇਂ ਆਰਟਿਸਟ ਹੈ ਉਹਨਾਂ ਨੂੰ ਤੁਸੀਂ ਜਦੋਂ ਸਪੋਰਟ ਕਰਦੇ ਹੋ ਹਮ ਇਹ ਮੈਂ ਮੈਂ 뮤직 ਦੇ ਰਿਲੇਟਿਡ ਹੀ ਮੈਸੇਜ ਦੇਵਾਂਗਾ ਮੈਸੇਜ ਤਾਂ ਨਹੀਂ ਕਹਿ ਸਕਦਾਗਾ ਹਮ ਮਤਲਬ ਕਿ ਰਿਕੁਐਸਟ ਹੀ ਕਰੂੰਗਾ ਕਿ ਜਦੋਂ ਕੋਈ ਵੀ ਨਵਾਂ ਆਰਟਿਸਟ ਹੁੰਦਾ ਹੈ ਹੂੰ ਚਾਹੇ ਉਹ ਤੁਹਾਨੂੰ ਲਾਈਵ ਕਰ ਰਿਹਾ ਜਾਂ ਕਿਤੇ ਵੀ ਤੁਸੀਂ ਉਹਦਾ ਸੁਣਿਆ ਜਾਂ ਤੁਸੀਂ ਉਹਦੀ ਗਾਇਕੀ ਸੁਣੋ ਉਹਦਾ ਹੁਨਰ ਦੇਖੋ ਮਤਲਬ ਪਹਿਲੇ ਸੱਟੇ ਤੁਸੀਂ ਡਿਸਾਈਡ ਨਾ ਕਰ ਲਿਆ ਕਰੋਗੇ ਤਾਂ ਐਵੇਂ ਹੀ ਹੈ ਬਿਲਕੁਲ ਮਤਲਬ ਪਹਿਲੇ ਸੱਟੇ ਕਰ ਲੈਂਦੇ ਹੈ ਨਾ ਕਿ ਇਹ ਨਹੀਂ ਨਹੀਂ ਇਹ ਚੱਲਿਆ ਨਹੀਂ ਚੱਲੇ ਦੇ ਹਿਸਾਬ ਨਾਲ ਆਰਟਿਸਟ ਨੂੰ ਨਾ ਸੁਣਿਆ ਕਰੋ ਵੀ ਚੱਲਿਆ ਨਹੀਂ ਉਹਨੂੰ ਸੁਣਨ ਦੇ ਹਿਸਾਬ ਨਾਲ ਹੀ ਸੁਣਿਆ ਕਰੋ ਕਿ ਅੱਛਾ ਲੱਗ ਰਿਹਾ ਹੈ ਚੱਲਣ ਵਾਲਾ ਹੈ ਯਾਨੀ ਇਹ ਚੱਲੇ ਬਿਲਕੁਲ ਤੁਹਾਨੂੰ ਫੀਲ ਆ ਰਹੀ ਹੈ ਕੁਝ ਅੱਛਾ ਲੱਗ ਰਿਹਾ ਹੂੰ ਤੇ ਇਹ ਮਤਲਬ 뮤ਜ਼ਿਕ ਰਿਲੇਟਡ ਹੀ ਮੇਰਾ ਇਹ ਮੈਸੇਜ ਸੀ ਮੈਸੇਜ ਨਹੀਂ ਕਹਿ ਸਕਦੇ ਇੱਕ ਰਿਕੁਐਸਟ ਹੀ ਸੀਗੀ ਮੇਰੀ ਜੀ ਤੇ ਬਾਕੀ ਤਾਂ ਇਹੀ ਹੈ ਕਿ ਬਾਕੀ ਨਸ਼ੇ ਪੱਤੇ ਤੋਂ ਬਚੇ ਰਹੋ ਆਪਣਾ ਬਿਲਕੁਲ ਸੋ ਬਹੁਤ ਵਧੀਆ ਲੱਗਿਆ ਜਸਪੂਰਨ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਅਗਲੇ ਹਫਤੇ ਫਿਰ ਮਿਲਾਂਗੇ ਇੱਕ ਹੋਰ ਕਲਾਕਾਰ ਦੇ ਨਾਲ ਤਦ ਤੱਕ ਦੇ ਲਈ ਸਾਨੂੰ ਦੇ ਜਤ ਸਤਿ ਸ਼ਕਰਾ ਹੈ